सतनाम कर्ता पुरख निरपौ निर्वैर अकाल मूरत अजुनी सैभं गुरप्रसाद जप आदि सच जुगादि सच है भी सच नानक भूषी भी सच किस ही कोई कोए मांजनी मानी एक तो क्यों ना मरी जा रोए जालग चेतना आवही अब हम चली ठाकुर पहार जब हम शरण प्रभु की आई राख प्रभु पावे मार लोकन की चतुराई उपमा ते बैसंतर जार कोई भला कहो पावे बुरा कहो हम तन दियो है तार कोई भला कहो पावे बुरा कहो हम तन दियो है तार सतनाम तन वागे गुरु साहिब जियो सुख में बहु संगी पहे दुख में संग ना कोहे कहो नानक हर भज मना अंत सहाई होए सुख में बहु संगी पहे दुख में संग ना कोए कहो नानक हर भज मना अंत सहाई होए वाहिगुरु जी का खालसा वाहिगुरु जी की फतेह। परम सम्मान योग चवल छत्र दे मालक जुगो जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सतगुरु दी इलाही गुरबाणी का कीर्तन आप जी ने श्रवण किया है जिथे इलाही बाणी का कीर्तन आप ने श्रवण किया ते इस कीर्तन दे अज दा प्रकरण भी गुरु की बाणी सी सतगुरु की बाणी जिवें आपां वचन श्रवण कीते ने ए बाणी जो जियो जाने इस अंतर रवै हर नामा
ਜਾਂ ਹਜ਼ੂਰ ਦੇ ਪਵਿੱਤਰ ਬਚਨ ਸਰਵਣ ਕੀਤੇ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਾਣੀ ਦੀ ਵੀ ਸ਼ਬਦ ਕੀਤੀ ਗਈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਤੀਰ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਕਹੀ ਸੀ। ਉਹ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਤੀਰ ਹੈ, ਤੇ ਜਦੋਂ ਕਿਤੇ ਟਿਕੇ ਹਿਰਦੇ ਵਿੱਚ ਇਹ ਤੀਰ ਆਪਣਾ ਕੰਮ ਕਰ ਜਾਏ, ਇਹ ਤੀਰ ਲੱਗ ਜਾਏ ਤੇ ਕਹਿਣ ਲੱਗੇ ਇਹ ਤੀਰ ਅੰਦਰ ਸੁਰਾਖ ਕਰਦਾ, ਇਹ ਅੰਦਰ ਨੂੰ ਛੇਕ ਕਰ ਦਿੰਦਾ, ਬਾਣੀ ਦਾ ਸ਼ਬਦ ਅੰਦਰ ਨੂੰ ਵਿੰਨਦਾ, ਤੇ ਜਦੋਂ ਸ਼ਬਦ ਅੰਦਰ ਨੂੰ ਵਿੰਨ ਦੇਵੇ ਤੇ ਉਦੋਂ ਟਿਕ ਕੇ ਜੇ ਕਿਤੇ ਤੂੰ ਗੁਰੂ ਗੁਰੂ ਜਪ ਲਵੇ ਨਾ, ਇਸ ਬਾਣੀ ਦੇ ਰਾਹੀਂ ਉਹ ਪਰਮੇਸ਼ਵਰ ਦਾ ਨਾਮ ਤੇਰੇ ਅੰਦਰ ਪ੍ਰਵੇਸ਼ ਕਰ ਜਾਏ। ਬਾਣੀ ਇੰਨੀ ਸਮਰੱਥਾ ਰੱਖਦੀ, ਸ਼ਾਇਦ ਇਹੀ ਕਾਰਨ ਭਗਤ ਕਬੀਰ ਸਾਹਿਬ ਨੇ ਕਿਹਾ ਹੈ ਬਾਣੀ ਵਿੱਚ ਕਿ ਇਤਨੇ ਬਹਾਦਰ ਮਨੁੱਖ ਦੇਖੇ ਨੇ ਜਿਨ੍ਹਾਂ ਦੀ ਛਾਤੀ ਵਿੱਚ ਕੋਈ ਨੇਜ਼ਾ ਮਾਰੇ, ਕੋਈ ਆਪਣੇ ਵੱਲੋਂ ਨਾਗਨੀ ਮਾਰੇ ਜਾਂ ਤੇਜ ਸ਼ਸਤਰ ਨਾਲ ਵਾਰ ਕਰੇ, ਲੋਕ ਉਸ ਨੇਜ਼ੇ ਦੇ ਉਸ ਸ਼ਸਤਰ ਦੇ ਵਾਰ ਨੂੰ ਜਰ ਲੈਂਦੇ ਨੇ, ਪਰ ਕਬੀਰ ਸਾਹਿਬ ਕਹਿੰਦੇ ਨੇ ਉਹ ਕਿੰਨਾ ਕੁ ਵੱਡਿਆਂ ਭਾਗਾਂ ਵਾਲਾ ਹੋਵੇਗਾ ਜਿਹੜਾ ਸ਼ਬਦ ਦੀ ਚੋਟ ਨੂੰ ਆਪਣੇ ਅੰਦਰ ਜਰ ਲਵੇ। ਹਜ਼ੂਰ ਦੀ ਬਾਣੀ ਵਿੱਚ ਬਚਨ ਹੁੰਦਾ ਕਬੀਰ ਚੋਟ ਸਹੇਲੀ ਸੇਲ ਕੀ, ਸੇਲ ਦਾ ਅਰਥ ਹੁੰਦਾ ਨੇੜਾ। ਕਹਿਣ ਲੱਗੇ ਆਮ ਜਿਹੜੇ ਸ਼ਸਤਰ ਨੇ ਉਹਨਾਂ ਦੀ ਚੋਟ ਬੜੀ ਸੌਖੀ ਏ, ਲਾਗਤ ਲੈ ਉਸਾਸ, ਚੋਟ ਸਹਾਰਾ ਸ਼ਬਦ ਕੀ ਤਾਸ, ਗੁਰੂ ਮੈਂ ਦਾਸ। ਜਿਹੜਾ ਸ਼ਬਦ ਦੀ ਚੋਟ ਸਹਾਰਦਾ, ਆਓ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਪਵਿੱਤਰ ਸ਼ਲੋਕ, ਜਿਨ੍ਹਾਂ ਦੀ ਵਿਚਾਰ ਗੁਰੂ ਕਿਰਪਾ ਨਾਲ ਆਪਾਂ ਕਰ ਰਹੇ ਹਾਂ। ਸ਼ਲੋਕ ਨੰਬਰ 32 ਆਪ ਜੀ ਨੇ ਸਰਵਣ ਕੀਤਾ, ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨ, ਆਪ ਹੀ ਇਸ ਪਾਵਨ ਪਵਿੱਤਰ ਸ਼ਲੋਕ ਦੀ ਵਿਚਾਰ ਕਰਾ ਲੈਣ। ਆਪ ਕਿਰਪਾ ਕਰਕੇ ਇਕਾਗਰਤਾ ਜ਼ਰੂਰ ਬਖਸ਼ੋ। ਅਰਜ਼ੇ ਕੋਸ਼ਿਸ਼ ਕਰੋ ਬੱਚਿਆਂ ਨੂੰ ਟਿਕਾਉਣ ਦੀ, ਕਿਉਂਕਿ ਬੱਚੇ ਨੂੰ ਇਹ ਸਮਝ ਨਹੀਂ, ਇੰਨੀ ਉਹਨੂੰ ਅਜੇ ਸਿਆਣਪ ਨਹੀਂ, ਪਰ ਆਪਾਂ ਝਿੜਕਣਾ ਵੀ ਨਹੀਂ, ਕਿਉਂਕਿ ਅੱਜ ਜੇ ਗੁਰੂ ਕੀ ਸੰਗਤ ਵਿੱਚ ਟਿਕ ਕੇ ਬਹਿਣਗੇ, ਕੱਲ ਨੂੰ ਇਹਨਾਂ ਨੂੰ ਸਮਝ ਪੈ ਜਾਏਗੀ ਗੁਰੂ ਕੋਲ ਕਿਵੇਂ ਬਹਿਣ। ਕੋਸ਼ਿਸ਼ ਕਰੋ ਇਹਨਾਂ ਨੂੰ ਟਿਕਾਉਣ ਦੀ, ਕਰੋ ਕਿਰਪਾ ਮੇਰੇ ਤੇ। ਆਪ ਸਮੂਹ ਮਾਈ ਭਾਈ ਅਸੀਸ ਬਖਸ਼ੋ ਤੇ ਸਾਰੇ ਬੜੇ ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ। ਕਰੋ ਕਿਰਪਾਲਤਾ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਜ ਸੰਸਾਰ ਦੀ ਉਸ ਅਸਲੀਅਤ ਨੂੰ ਬਿਆਨ ਪੈ ਕਰਦੇ ਨੇ ਜਿਹੜੀ ਘਟਨਾ ਹਰ ਇੱਕ ਮਨੁੱਖ ਦੇ ਜੀਵਨ ਵਿੱਚ ਕਰੀਬ ਕਰੀਬ ਵਾਪਰਦੀ ਹੈ, ਤੇ ਗੁਰੂ ਤੇਗ ਬਹਾਦਰ ਜੀ ਉਸ ਘਟਨਾ ਨੂੰ ਆਪਣੇ ਪਵਿੱਤਰ ਸ਼ਲੋਕ ਰਾਹੀਂ ਸਾਨੂੰ ਦ੍ਰਿੜ ਪੈ ਕਰਾਉਂਦੇ ਨੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਲੋਕ ਹੈ, ਸੁਖ ਮੈਂ ਬਹੁ ਸੰਗੀ ਭਏ। ਸੁਖ ਮੈਂ ਦਾ ਅਰਥ ਹੈ ਸੁਖ ਦੇ ਵਿੱਚ, ਇੱਥੇ ਜੇ ਬਿੰਦੀ ਲੱਗ ਗਈ ਤੇ ਇਹਦਾ ਅਰਥ ਹੋਰ ਹੋ ਜਾਏਗਾ। ਸੁਖ ਮੈਂ ਨੇ ਪਾ ਕੇ ਸੁਖ ਮੈਂ ਸੁਖ ਵਿੱਚ, ਬਹੁ ਸੰਗੀ ਭਏ, ਬਹੁ ਦਰ ਤੇ ਬਹੁਤ ਜ਼ਿਆਦਾ ਸੰਗੀ ਦਰ ਤੇ ਸਾਥੀ। ਜਦੋਂ ਤੇਰੇ ਕੋਲ ਸਰੀਰ ਦਾ ਸੁਖ ਹੈ, ਤੇਰੇ ਕੋਲ ਦੁਨੀਆਂ ਦਾ ਸੁਖ ਹੈ, ਤੇਰੇ ਕੋਲ ਕਿਸੇ ਪਦਵੀ ਦਾ ਸੁਖ ਹੈ, ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਸਾਥੀ ਬਣਾਉਣ ਦੀ ਲੋੜ ਨਹੀਂ, ਲੋਕੀ ਬਦੋ ਬਦੀ ਤੇਰੇ ਮਿੱਤਰ ਬਣ ਜਾਣਗੇ। ਸੁਖ ਮੈਂ ਬਹੁ ਸੰਗੀ ਭਏ, ਤੇ ਸੁਖ ਵਿੱਚ ਕਦੀ ਵੀ ਮਿੱਤਰਾਂ ਦੀ ਗਿਣਤੀ ਨਾ ਕਰੀ, ਸੁਖ ਵਿੱਚ ਕਦੀ ਵੀ ਸਾਥੀਆਂ ਨੂੰ ਆਪਣੇ ਸਾਥੀ ਮੰਨੀ ਨਾ, ਸੁਖ ਵਿੱਚ ਕਦੀ ਵੀ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਮਝੀ ਨਾ। ਜੇ ਤੂੰ ਵਾਕਈ ਆਪਣੇ ਮਿੱਤਰਾਂ ਦੀ ਗਿਣਤੀ ਕਰਨੀ ਚਾਹੁੰਦਾ ਨਾ, ਤੇ ਜਿੱਦਣ ਤੇਰੇ ਤੇ ਮੁਸੀਬਤ ਪੈਗੀ ਉਦਣ ਗਿਣ ਕੇ ਦੇਖੀ ਤੇਰੇ ਕਿੰਨੇ ਕੁ ਮਿੱਤਰ। ਸਾਹਿਬ ਕਹਿੰਦੇ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਦੁੱਖ ਵਿੱਚ ਕੋਈ ਨੀ ਨਾਲ ਤੁਰਦਾ। ਤੇ ਗੁਰੂ ਤੇਗ ਬਹਾਦਰ ਜੀ, ਫਿਰ ਜੇ ਮਨੁੱਖ ਨਿਰਾਸ਼ ਹੋ ਜਾਏਗਾ, ਕੋਈ ਵੀ ਨਾਲ ਨਹੀਂ ਜਾਂਦਾ,
ਤੇ ਫਿਰ ਇੱਕ ਦੂਜੇ ਨੂੰ ਲੋਕ ਨੇਹ ਕਿਵੇਂ ਕਰਨਗੇ? ਤੇ ਕੋਈ ਨਾਲ ਜਾਣ ਵਾਲਾ ਹੈ? ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਕਹੋ ਨਾਨਕ ਹਰ ਭਜ ਮਨਾ, ਹੇ ਮੇਰੇ ਮਨਾ, ਤੂੰ ਵਾਹਿਗੁਰੂ ਦੇ ਸਿਮਰਨ ਨੂੰ ਕਿਉਂ ਨੀ ਕਰਦਾ? ਤੇ ਉਹ ਕਿੰਨਾ ਕੁ ਨਾਲ ਨਿਭਦਾ? ਸਾਹਿਬ ਕਹਿੰਦੇ ਨੇ, ਅੰਤ ਸਹਾਈ ਹੋਏ ਜਿੱਥੇ ਤੇਰੇ ਸਰੀਰ ਨੇ ਵੀ ਸਾਥ ਛੱਡ ਜਾਣਾ ਨਾ, ਮੇਰੇ ਵਾਹਿਗੁਰੂ ਦਾ ਨਾਮ ਤੇਰੇ ਉੱਥੇ ਜਾ ਕੇ ਮਦਦ ਕਰੇਗਾ। ਨਾਮ ਤੋਂ ਵੱਡਾ ਕੋਈ ਸਾਥੀ ਨਹੀਂ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਾਜ ਦੇ ਅੰਦਰ ਦੀ ਅਸਲੀਅਤ ਨੂੰ ਪ੍ਰਗਟ ਕੀਤਾ। ਹਜ਼ੂਰ ਦਾ ਇੱਕ ਪਾਵਨ ਪਵਿੱਤਰ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਸਾਹਿਬ ਕਹਿੰਦੇ ਨੇ, ਮਨਮੁੱਖ ਬੰਦੇ ਨਾਲ ਜਦੋਂ ਵੀ ਮਿੱਤਰਤਾ ਪੈਂਦੀ ਹੈ ਨਾ, ਧਿਆਨ ਰੱਖੀ, ਮਨਮੁੱਖ ਬੰਦਾ ਕਦੀ ਵੀ ਮਿੱਤਰਤਾ ਅੰਦਰ ਨਹੀਂ ਹੋ ਪਾਉਂਦਾ। ਪਹਿਲੀ ਗੱਲ, ਲਾਲਚੀ ਬੰਦਾ ਕਦੀ ਮਿੱਤਰ ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਮਨਮੁੱਖ ਦੀ ਇੱਕ ਬਿਰਤੀ ਹੈ, ਉਹਦੀ ਦੋਸਤੀ ਕੇਵਲ ਤਾਂ ਕੇਵਲ ਸਵਾਰਥ ਤੇ ਖਲੋਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਤੇਰੇ ਕੋਲ ਦੌਲਤ ਦੇਖ ਕੇ ਤੇਰੇ ਸਾਥੀ ਤੇਰੇ ਮਿੱਤਰ ਬੇਅੰਤ ਬਣਨਗੇ, ਪਰ ਓਨੀ ਦੇਰ ਤੱਕ ਤੇਰੇ ਘਰ ਦੀ ਹਾਜ਼ਰੀ ਭਰਨਗੇ, ਉਤਨੀ ਦੇਰ ਤੱਕ ਤੇਰੇ ਨਾਲ ਮੇਲ ਮਿਲਾਪ ਰੱਖਣਗੇ, ਜਿੰਨੀ ਦੇਰ ਤੱਕ ਤੂੰ ਉਹਨਾਂ ਦੀ ਗਰਜ਼ ਪੂਰੀ ਕਰਨਾ, ਤੂੰ ਲੋੜ ਪੂਰੀ ਕਰਨਾ, ਤੂੰ ਉਹਨਾਂ ਨੂੰ ਕੁਝ ਮੂੰਹ ਵਿੱਚ ਖਾਣ ਨੂੰ ਦੇਣਾ, ਤਨ ਢੱਕਣ ਲਈ ਕੁਝ ਪਾਉਣ ਨੂੰ ਦੇਣਾ, ਉਹਨਾਂ ਨੂੰ ਵਰਤਣ ਵਾਸਤੇ ਤੂੰ ਉਹਨਾਂ ਦੀ ਗਾਹੇ ਬਗਾਹੇ ਮਦਦ ਕਰਨਾ, ਜਿੰਨੀ ਦੇਰ ਤੱਕ ਤੂੰ ਕੁਝ ਦੇ ਰਿਹਾ ਓਨੀ ਦੇਰ ਤੱਕ ਤੇਰੇ ਮਿੱਤਰ ਨੇ। ਤੇ ਜਿੱਥੇ ਖਲੋਣਗੇ ਇੱਕ ਗੱਲ ਕਹਿਣਗੇ, ਇਹਦੇ ਵਰਗਾ ਬੰਦਾ ਤੇ ਦੁਨੀਆਂ ਤੇ ਹੈ ਹੀ ਕੋਈ, ਦੁਨੀਆਂ ਤੇ ਦੂਜਾ ਰੱਬ ਹੀ ਇਹਵੇ ਧਰਤੀ ਤੇ। ਪਰ ਪਿਆਰਿਆ, ਜਿੱਦਣ ਤੇਰੇ ਪੱਲੇ ਕੁਝ ਨਾ ਰਿਹਾ ਤੇ ਜਿਹੜੇ ਮਿੱਤਰ ਤੈਨੂੰ ਵਲ ਪਾ ਕੇ ਮਿਲਣ ਵਾਸਤੇ ਆਉਂਦੇ ਸਨ, ਤੂੰ ਉਹਨਾਂ ਲੋਕਾਂ ਨੂੰ ਸੁਨੇਹ ਭੇਜੇਗਾ ਤੇ ਟਾਲ ਮਟੋਲ ਕਰਕੇ ਤੈਨੂੰ ਮਿਲਣਾ ਵੀ ਪਸੰਦ ਨਹੀਂ ਕਰਨਗੇ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿੱਦਣ ਖਾਣ ਤੇ ਪਾਣ ਨੂੰ ਦੇਣਾ ਓਨੀ ਦੇਰ ਤੱਕ ਤੇਰੀ ਸਿਫਤ ਕਰਨਗੇ, ਤੇ ਜਿੱਦਣ ਤੂੰ ਪਿੱਛਾ ਹੱਥ ਖਿੱਚੇਗਾ ਤੇ ਉਸੇ ਜ਼ਬਾਨ ਨਾਲ ਤੇਰੀ ਨਿੰਦਿਆ ਵੀ ਕਰਦੇ ਨੇ। ਗੁਰੂ ਸਾਹਿਬ ਨੇ ਜਿਹੜਾ ਬਚਨ ਕਿਹਾ, ਸੁਖ ਮੈਂ ਬਹੁ ਸੰਗੀ ਭੈ, ਦੁੱਖ ਮੈਂ ਸੰਗ ਨਾ ਕੋਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮਨ ਮੁੱਖਾਂ ਤੇਰੀ ਦੇਰ ਦੋਸਤੀ, ਸੰਗੀ ਦੀ ਮੈਂ ਵਿਚਾਰ ਕਰ ਰਿਹਾ, ਮਨਮੁੱਖ ਬੰਦੇ ਦੀ ਮਿੱਤਰਤਾ ਮਾਇਆ ਦਾ ਸੰਬੰਧ, ਕੇਵਲ ਦੌਲਤ ਨੂੰ ਮੁੱਖ ਰੱਖ ਕੇ ਮਿੱਤਰਤਾ ਪਾਉਂਦਾ, ਵੇਖਦਿਆਂ ਹੀ ਭੱਜ ਜਾਣ, ਪਰ ਜਿੱਦਣ ਤੈਨੂੰ ਲੋੜ ਪੈ ਗਈ ਪਿਆਰਿਆ, ਉਦਣ ਤੈਨੂੰ ਦੇਖਦਿਆਂ ਸਾਰ ਉਹਨਾਂ ਨੇ ਆਪਣੇ ਆਪ ਨੂੰ ਲੁਕਾ ਲੈਣਾ। ਮਨਮੁੱਖਾਂ ਤੇਰੀ ਦੋਸਤੀ ਮਾਇਆ ਦਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ, ਜਿੱਚਰ ਪਹਿਨਣ ਖਾਵਨੇ, ਖਾਣ ਪਾਣ ਨੂੰ ਜਿੰਨੀ ਦੇਰ ਤੱਕ ਦੇਣਾ, ਟਿੱਚਰ ਰੱਖਣ ਗੰਢ, ਓਨੀ ਦੇਰ ਤੱਕ ਤੇਰੇ ਨਾਲ ਮਿਲਾਪ ਰੱਖਣਗੇ। ਜਿਤ ਦਿਨ ਕਿਛੂ ਨਾ ਹੋਵੇ, ਜਿੱਦਣ ਤੂੰ ਕੁਝ ਨਾ ਦੇ ਸਕਿਓ, ਤਿਤ ਦਿਨ ਬੋਲਣ ਗੰਧ, ਉਸੇ ਜ਼ਬਾਨ ਨਾਲ ਤੇਰੇ ਲਈ ਉਹ ਭੱਦੇ ਸ਼ਬਦ ਬੋਲਣੇ ਸ਼ੁਰੂ ਕਰਦੇ ਨੇ। ਲੋਕ ਕੇਵਲ ਸੁੱਖ ਦੇ ਨੇ, ਦੁੱਖ ਦਾ ਕੋਈ ਨਹੀਂ। ਹਜ਼ੂਰ ਨੇ ਬਾਣੀ ਵਿੱਚ ਬਚਨ ਬੜੇ ਪਿਆਰੇ ਕਹੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਨਾ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਹੀ ਆਧਾਰ ਬਣਾ ਕੇ ਕਿਤੇ ਸਲੋਕ ਦੀ ਵਿਆਖਿਆ ਕਰੀਏ ਤੇ ਆਨੰਦ ਆ ਜਾਂਦਾ। ਜੇ ਗੁਰੂ ਤੇਗ ਬਹਾਦਰ ਸਲੋਕ ਵਿੱਚ ਕਹਿ ਰਹੇ ਨੇ, ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਤੇ ਹਜ਼ੂਰ ਦਾ ਬਚਨ ਅਸੀਂ ਗੌੜੀ ਰਾਗ ਵਿੱਚ ਪੜ੍ਹਨੇ ਹਾਂ, ਮੈਂ ਤਿੰਨ ਚਾਰ ਪ੍ਰਮਾਣ ਇਸ ਸੰਬੰਧੀ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਨੇ ਨੇ। ਗੁਰੂ ਤੇਗ ਬਹਾਦਰ ਜੀ ਗੌੜੀ ਰਾਗ ਵਿੱਚ ਇੱਕ ਬਚਨ ਕਰਦੇ ਨੇ, ਸਾਹਿਬ ਕਹਿੰਦੇ ਨੇ, ਮਨ ਰੇ ਕਹਾਂ ਭਇਓ ਤੈ ਬੌਰਾ, ਉਹ ਮੇਰੇ ਮਨਾ ਤੂੰ ਕਿੱਥੇ ਝੱਲਾ ਹੋ ਗਿਆ, ਦੁਨੀਆਂ ਦੀ ਵਾਹ ਵਾਹ ਪਿੱਛੇ ਪੈ ਕੇ। ਯਾਦ ਰੱਖੀ ਕਿ ਮਨ ਰੇ ਕਹਾਂ ਭਇਓ ਤੈ ਬੌਰਾ, ਜਿਸ ਦੌਲਤ ਨੂੰ ਦੇਖ ਕੇ ਤੂੰ ਆਪਣੇ ਅੰਦਰ ਨੂੰ ਹੌਲਾ ਕਰੀ ਬੈਠਾ, ਯਾਦ ਰੱਖ ਇਸ ਦੌਲਤ ਨੇ ਤੇਰੇ ਨਾਲ ਨਹੀਂ ਹੋ ਜਾਣਾ, ਇਹਨੇ ਤੇਰੇ ਨਾਲ ਨਿਭਣਾ ਨਹੀਂ। ਹਜ਼ੂਰ ਨੇ ਇਸੇ ਵਿੱਚ ਬਚਨ ਕੀਤਾ, ਇੱਕ ਪੰਕਤੀ ਆਉਂਦੀ ਹੈ, ਸਾਹਿਬ ਕਹਿੰਦੇ ਨੇ, ਜਿਸ ਘਰ ਨੂੰ, ਜਿਸ ਇਸਤਰੀ ਨੂੰ, ਜਿਸ ਪਰਿਵਾਰ ਨੂੰ ਤੂੰ ਆਪਣਾ ਸਮਝਣਾ ਪੈ, ਇਹਨੇ ਵਿੱਚੋਂ ਤੇਰਾ ਕੋਈ ਵੀ ਸਾਥ ਦੇਣ ਵਾਲਾ ਨਹੀਂ, ਤੂੰ ਐਵੇਂ ਝੱਲਾ ਬਣ ਕੇ ਇਹਨਾਂ ਦੇ ਪਿੱਛੇ ਤੁਰੀ ਨਾ ਜਾਏ। ਮਨ ਰੇ ਕਹਾਂ ਭਇਓ ਤੈ ਬੌਰਾ, ਐਨ ਸੌਦ ਘਟੈ ਨਹੀਂ ਜਾਣਾ, ਭਇਓ ਲੋਭ ਸੰਘੋਰਾ, ਜੋ ਤਨ ਤੈ ਆਪਣੋ ਕਰ ਜਾਣੇ ਹੋ, ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕੱਚ ਤੇਰੋ ਰੇ ਨਾਇਨ, ਦੇਖੋ ਸੋਚ ਵਿਚਾਰੀ, ਕਿਉਂਕਿ ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ, ਇਨ ਮੈਂ ਕੱਚ ਤੇਰੋ ਰੇ ਨਾਇਨ, ਹੋ ਮੇਰੇ ਮਨਾ ਇਹਨਾਂ ਵਿੱਚੋਂ ਤੇਰਾ ਕੋਈ ਨਹੀਂ ਹੂੰ, ਆਪਣੇ ਹਿਰਦੇ ਵਿੱਚ ਤੂੰ ਸੋਚ ਕਿਉਂ ਨਹੀਂ ਲੈਂਦਾ। ਗੁਰੂ ਤੇਗ ਬਹਾਦਰ ਜੀ ਦਾ ਦੂਜਾ ਸ਼ਬਦ ਆਉਂਦਾ,
ਦੇਵ ਗੰਧਾਰੀ ਮਹਿਲਾ ਨੌਵਾਂ ਸਾਹਿਬ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ, ਐਵੇਂ ਮਤ ਸਮਝੀ ਸਾਰੇ ਮੇਰੇ ਮਿੱਤਰ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗੇ ਕਿਆ ਦਾਰਾ ਕਿਆ ਨੀਤ, ਅਸਲੀਅਤ ਇਹ ਵੀ ਭਾਵੇਂ ਮਿੱਤਰ ਏ ਭਾਵੇਂ ਇਸਤਰੀ ਏ ਭਾਵੇਂ ਪੁੱਤਰ ਏ, ਜੇ ਤੂੰ ਸੂਖਸ਼ਮਤਾ ਵੀ ਜਾ ਕੇ ਤੱਕੇ ਤੇ ਸਾਰੇ ਲੋਕ ਕੇਵਲ ਆਪਣੇ ਸਵਾਰਥ ਲਈ ਤੇਰੇ ਨਾਲ ਜੁੜੇ ਹੋਏ, ਆਪਣੇ ਸੁਖ ਸਿਉ ਸਹੀ ਸਭ ਲਾਗੇ ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਦਾ ਕਹਿਤ ਹੈ, ਜਿੰਨੀ ਦੇਰ ਤੱਕ ਤੇਰੇ ਕੋਲ ਸੁਖ ਏ ਨਾ ਹਰ ਕੋਈ ਕਹੇਗਾ ਤੂੰ ਸਾਡਾ ਤੂੰ ਮੇਰਾ ਹੈ। ਪਰ ਸਾਹਿਬ ਕਹਿੰਦੇ ਨੇ ਖਿੱਤ ਸਿਓ ਬੰਧ ਓ ਚੀਤ, ਪਰ ਯਾਦ ਰੱਖੀ ਮੇਰੇ ਮਨਾ ਅੰਤ ਬਾਰ ਸੰਗੀ ਨੇ ਕਹੂ, ਇਹ ਅਚਰਜ ਹੈ ਰੀਤ, ਮਨ ਮੂਰਖ ਅਜੂ ਨੇ ਸਮਝਤ, ਸਿੱਖ ਬਹਿ ਹਾਰਿਓ ਨੀਤ, ਨਾਨਕ ਭਵਜਲ ਪਾਰ ਪਰੇ ਜੋ ਗਾਵੈ ਪ੍ਰਭ ਕੇ ਗੀਤ, ਤੇਰੇ ਨਾਲ ਕੇਵਲ ਵਾਹਿਗੁਰੂ ਦਾ ਨਾਮ ਜਾਣੈ, ਦੁਨੀਆਂ ਵਿੱਚੋਂ ਕੋਈ ਵੀ ਬੰਦਾ ਤੇਰਾ ਮਦਦਗਾਰ ਨਹੀਂ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਸਿਆਣੇ ਲੋਕਾਂ ਨੇ ਬੜੀਆਂ ਪਿਆਰੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ। ਇੱਕ ਅਦੀਬ ਨੇ ਨਾ ਆਪਣੀ ਪੁਸਤਕ ਵਿੱਚ ਇੱਕ ਬਚਨ ਕੀਤਾ, ਕਹਿੰਦਾ ਜੇ ਤਾਂ ਕੋਈ ਮਿੱਤਰ ਮਿਲ ਜਾਏ ਵਾਕਈ ਚੰਗਾ, ਸਾਥੀ ਮਿਲ ਜਾਏ ਵਾਕਈ ਨਾਮ ਨਾਲ ਜੁੜਿਆ, ਉਹ ਤਾਂ ਪਰਮੇਸ਼ਵਰ ਤੱਕ ਪਹੁੰਚਾਉਣ ਲਈ ਪੂਰੀ ਮਦਦ ਕਰਦਾ ਹੈ, ਤੇ ਜੇ ਮਨਮੁਖ ਬੰਦਾ ਮਿਲ ਜਾਏ ਨਾ ਉਹਦੀ ਮਿੱਤਰਤਾ ਕਦੀ ਨਿਭਦੀ ਨਹੀਂ। ਇੱਕ ਅਦੀਬ ਨੇ ਬਚਨ ਕੀਤਾ, ਉਹ ਕਹਿੰਦਾ ਦੁਰਜਨ ਪ੍ਰੀਤ ਜੀਵਨ ਬਸਤਰ, ਕਹਿੰਦੇ ਨੇ ਜਿਹੜਾ ਦੁਰਜਨ ਬੰਦਾ ਹੈ ਨਾ ਭੈੜੀ ਮੱਤ ਵਾਲਾ ਉਹਦੀ, ਪਰ ਉਹ ਕਹਿੰਦਾ ਪਿਆਰਿਆ ਪੁਰਾਣਾ ਕੱਪੜਾ ਕਦੀ ਨਹੀਂ ਉਹ ਰਹਿਣਾ ਤੇਰੇ ਕੋਲ, ਜੋ ਜਿੰਨਾ ਇਹਨੂੰ ਹੱਥਾਂ ਨਾਲ ਗੰਢਣ ਦੀ ਕੋਸ਼ਿਸ਼ ਕਰੇਗਾ ਉਹਨਾਂ ਇਹ ਛਿੱਜ ਕੇ ਤੇਰੇ ਹੱਥਾਂ ਵਿੱਚੋਂ ਨਿਕਲੇ। ਮਨਮੁਖ ਬੰਦੇ ਦੀ ਮਿੱਤਰਤਾ ਪੁਰਾਣੇ ਕੱਪੜੇ ਦੀ ਤਰ੍ਹਾਂ, ਕਹਿਣ ਲੱਗੇ ਦੁਰਜਨ ਪ੍ਰੀਤ ਜੀਰਨ ਬਸਨ, ਕਹਿਣ ਲੱਗੇ ਜਦੋਂ ਆਪਾਂ ਜੋੜਨੇ ਆ ਇਹ ਦਿਨੋ ਦਿਨ ਘੱਟਦੀ ਜਾਂਦੀ ਏ, ਇਹ ਦਿਨੋ ਦਿਨ ਬਸਤਰ ਪਾਸਦਾ ਜਾਂਦਾ ਹੈ। ਕਹਿਣ ਲੱਗੇ ਪਰ ਜਿਹੜਾ ਸਨਮੁਖ ਰਹਿਣ ਵਾਲਾ ਬੰਦਾ ਹੈ ਨਾ ਉਹਦੀ ਪ੍ਰੀਤ ਇੱਕ ਰੇਸ਼ਮ ਦੇ ਧਾਗੇ ਦੀ ਤਰ੍ਹਾਂ, ਤੇ ਰੇਸ਼ਮ ਦੇ ਧਾਗੇ ਨੂੰ ਜਿੰਨਾ ਵੀ ਆਪਾਂ ਸੁਲਝਾਉਣਾ ਚਾਹੀਏ ਉਹਨਾਂ ਉਹ ਉਲਝਦਾ, ਉਹਨਾਂ ਉਹ ਆਪਸ ਵਿੱਚ ਮਿਲਦਾ। ਗੁਰਮੁਖ ਬੰਦਾ ਜਿਹੜਾ ਅੰਦਰੋਂ ਜੁੜਿਆ ਹੈ ਉਹ ਰੇਸ਼ਮ ਦੇ ਧਾਗੇ ਦੀ ਤਰ੍ਹਾਂ ਤੇਰੇ ਅੰਦਰ ਨੂੰ ਟਿਕਾ ਕੇ ਤੇਰੇ ਨਾਲ ਸਾਂਝ ਪਾਏਗਾ, ਤੇ ਮਨਮੁਖ ਬੰਦਾ ਪੁਰਾਣੇ ਕੱਪੜੇ ਦੀ ਤਰ੍ਹਾਂ ਤੂੰ ਜਿੰਨਾ ਵੀ ਕੋਸ਼ਿਸ਼ ਕਰੇਗਾ ਇਹਨੂੰ ਜੇੜਨ ਦੀ ਇਹਨੇ ਤੇਰੇ ਤੋਂ ਦੂਰ ਹੋ ਹੀ ਜਾਂਦਾ। ਸਾਹਿਬ ਕਹਿੰਦੇ ਨੇ ਲੋਕ ਕੇਵਲ ਸੁੱਖ ਦੇ ਮਿੱਤਰ ਨੇ, ਕਦੀ ਤੱਕੀਏ ਖਾਂ ਜਦੋਂ ਆਪਾਂ ਬਾਗ ਵਿੱਚ ਦੇਖਦੇ ਹਾਂ। ਇੱਕ ਅਦੀਬ ਕਹਿੰਦਾ ਕੇਵਲ ਮਨੁੱਖ ਨਹੀਂ ਹਰ ਇੱਕ ਜੀਵ ਜਿਹੜਾ ਉਹ ਸੁੱਖ ਦਾ ਸਾਥੀ ਹੈ, ਜਦੋਂ ਕਿਤੇ ਗੁਲਾਬ ਦੇ ਫੁੱਲ ਖਿੜਦੇ ਨੇ ਨਾ ਕਮਲ ਦੇ ਫੁੱਲ ਖਿੜਦੇ ਨੇ, ਤੇ ਭਵਰਾ ਵੀ ਕੇਵਲ ਉਦੋਂ ਹੀ ਫੇਰਾ ਆ ਕੇ ਪਾਉਂਦਾ ਸਰੋਵਰ ਦੇ ਅੰਦਰ ਜਦੋਂ ਫੁੱਲ ਖਿੜੇ ਨੇ, ਤੇ ਪਿਆਰਿਓ ਜਦੋਂ ਫੁੱਲ ਮੁਰਝਾ ਜਾਣ ਤੇ ਭਵਰਾ ਵੀ ਕਦੀ ਪਰਤ ਕੇ ਸਰੋਵਰ ਤੇ ਆਉਂਦਾ ਨਹੀਂ। ਦੀਵਾ ਹੋਵੇ ਬਲਦਾ ਤੇ ਪਤੰਗੇ ਵੀ ਉਦੋਂ ਪਹੁੰਚਦੇ ਨੇ ਜਦੋਂ ਦੀਵੇ ਦੀ ਲੋ ਦੀਵੇ ਦੀ ਰੋਸ਼ਨੀ ਨਿਕਲਦੀ ਹੋਵੇ, ਤੇ ਜਿੱਦਣ ਦੀਵਾ ਬੁੱਝ ਜਾਏ ਨਾ ਪਿਆਰਿਓ ਪਤੰਗੇ ਵੀ ਉਸ ਘਰ ਵਿੱਚ ਫੇਰਾ ਨਹੀਂ ਜੇ ਪਾਉਂਦੇ। ਤੇ ਸਿਆਣੇ ਲੋਕਾਂ ਨੇ ਇੱਕ ਗੱਲ ਬੜੀ ਸੋਹਣੀ ਕਹੀ, ਕਹਿਣ ਲੱਗੇ ਦੁਨੀਆਂ ਸੁੱਖ ਦੀ ਸਾਥੀ ਏ। ਉਹਨਾਂ ਨੇ ਬਚਨ ਕੀਤਾ, ਅਸੀਂ ਕਹਿੰਦੇ ਹਾਂ ਕੋਇਲ ਬੜੀ ਚੰਗੀ, ਭਾਵੇਂ ਇਹਦਾ ਰੰਗ ਕਾਲਾ ਪਰ ਇਹਦੀ ਆਵਾਜ਼ ਵਿੱਚ ਮਿਠਾਸ ਏ, ਹਰ ਇੱਕ ਨੂੰ ਆਪਣੀ ਆਵਾਜ਼ ਵਿੱਚ ਨਾਲ ਕੀਲ ਦੀਏ। ਉਸ ਅਦੀਬ ਨੇ ਇੱਕ ਗੱਲ ਕੀ, ਕਹਿੰਦਾ ਕੋਇਲ ਵੀ ਤਾਂ ਸਵਾਰਥੀ ਏ ਨਾ, ਜਦੋਂ ਤਾਂ ਅੰਬਾਂ ਦੇ ਬੂਟਿਆਂ ਨੂੰ ਬੂਰ ਪੈਂਦਾ, ਜਦੋਂ ਕਿਤੇ ਬਸੰਤ ਦੀ ਰੁੱਤ ਆਉਂਦੀ ਏ ਜਾਂ ਕਿਤੇ ਅੰਬਾਂ ਨੂੰ ਬੂਰ ਪੈ ਕੇ ਉਹ ਫਲ ਬਣਦੇ ਨੇ ਉਦੋਂ ਕੋਇਲ ਵੀ ਮਿੱਠੇ ਗੀਤ ਅਲਾਪਦੀ ਏ। ਕਹਿਣ ਲੱਗੇ ਕੋਇਲ ਤੂੰ ਕਿਹੜੀ ਦਿਲੋਂ ਪਿਆਰ ਕਰਨੀ ਏ, ਪੱਤ ਚੜ੍ਹਦੀ ਰੁੱਤ ਵੀ ਤਾਂ ਤੂੰ ਕਦੀ ਬਾਗ ਵਿੱਚ ਫੇਰਾ ਨਹੀਂ ਪਾਉਂਦੀ, ਤੇਰਾ ਸੰਬੰਧ ਵੀ ਕੇਵਲ ਉਦੋਂ ਮੈਂ ਜਦੋਂ ਹਰਿਆਵਲ ਹੋਵੇ ਜਦੋਂ ਫਲ ਹੋਣ। ਕਹਿਣ ਲੱਗੇ ਸਵਾਰਥੀ ਮਿੱਤਰ ਕੋਇਲ ਦੀ ਤਰ੍ਹਾਂ ਨੇ, ਜਦੋਂ ਤੁਹਾਡੇ ਕੋਲ ਦੌਲਤ ਏ ਜਦੋਂ ਤੁਹਾਡੇ ਕੋਲ ਸੁੱਖ ਏ ਉਦੋਂ ਕੋਇਲ ਦੀ ਤਰ੍ਹਾਂ ਤੁਹਾਡੇ ਕੋਲ ਬੈਠ ਕੇ ਮਿੱਠੇ ਗੀਤ ਅਲਾਪਣਗੇ, ਤੇ ਜੇ ਕਿਤੇ ਦੁੱਖ ਦੀ ਪੱਤ ਚੜਾ ਗਈ ਤੇ ਇਹਨਾਂ ਵਿੱਚੋਂ ਕਿਸੇ ਨੇ ਫੇਰਾ ਨਹੀਂ ਦੇ ਪਾਉਣਾ, ਕਿਉਂਕਿ ਇਹ ਲੋਕ ਕੇਵਲ ਖਿੜਿਆ ਹੋਇਆਂ ਦੇ ਸਾਥੀ ਨੇ, ਮੁਰਝਾਇਆ ਹੋਇਆਂ ਦਾ ਸਾਥੀ ਕੋਈ ਵੀ। ਸਾਹਿਬ ਕਹਿੰਦੇ ਨੇ ਅੰਤਲੇ ਸਮੇਂ ਕੋਈ ਨਿਭਦਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਪ੍ਰਮਾਣ ਮੈਂ ਅਰਜ਼ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਰਾਗ ਗੌੜੀ, ਦੂਸਰਾ ਦੇਵ ਗੰਧਾਰੀ, ਤੇ ਤੀਜਾ ਪ੍ਰਮਾਣ ਮੇਰੇ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸੋਰਤ ਰਾਗ ਵੀ ਦਿੱਤਾ, ਤੇ ਸਭ ਤੋਂ ਅਖੀਰ ਦਾ ਸ਼ਬਦ ਏ ਕਹਿੰਦੇ ਨੇ ਪ੍ਰੀਤਮ ਜਾਣ ਲਿਓ ਮਨ ਮਾਹੀ, ਪ੍ਰੀਤਮ ਦਰ ਪਿਓ ਮੇਰੇ ਪਿਆਰੇ, ਮੇਰੀ ਇੱਕ ਗੱਲ ਅੱਜ ਚੰਗੀ ਤਰ੍ਹਾਂ ਤੂੰ ਆਪਣੇ ਪੱਲੇ ਬੰਨ ਕੇ ਲੈ ਗਈ,
ਪ੍ਰੀਤਮ ਜਾਣ ਲਿਓ ਮਨ ਮਾਹੀ ਕੀ ਦੱਸਣਾ ਚਾਹੁੰਦੇ ਹੋ ਸਾਹਿਬ ਕਹਿਣ ਲੱਗੇ ਆਪਣੇ ਸੁਖ ਛੋ ਹੀ ਜੱਗ ਫਾਂਦੇ ਹੋ ਕੋ ਕਾਹੂ ਕੋ ਨਾਹੀ ਸਾਰੀ ਦੁਨੀਆ ਕੇਵਲ ਆਪਣੇ ਸੁੱਖ ਨਾਲ ਇੱਕ ਦੂਜੇ ਦੇ ਨੇੜੇ ਢੁਕਦੀ ਏ ਇਸ ਦੁਨੀਆ ਵਿਚ ਕੋਈ ਕਿਸੇ ਦਾ ਨਹੀਂ ਉਹਨਾਂ ਨੇ ਅਗਲਾ ਬਚਨ ਕੀਤਾ ਸਾਹਿਬ ਕਹਿੰਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚੌਂ ਦਿਸਕੇ ਰਹਿ ਜਦੋਂ ਤੇਰੇ ਕੋਲ ਸੁਖ ਏ ਤੇਰੇ ਚਾਰ ਚੁਫੇਰੇ ਝੁਰਮਟ ਪਿਆ ਰਹੇਗਾ ਲੋਕ ਤੈਨੂੰ ਮਿਲਣ ਵਾਲੇ ਤੇਰੀ ਇੰਤਜ਼ਾਰ ਕਰਨਗੇ ਸਾਹਿਬ ਕਹਿੰਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚੌਂ ਦਿਸਕੇ ਰਹਿ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਮੇਰਾ ਜਿੱਦਣ ਤੇਰੇ ਤੇ ਭੀੜਾ ਪੈ ਗਈ ਉਦਣ ਤੇਰੇ ਮਿੱਤਰਾਂ ਵਿੱਚੋਂ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ ਜਿਨ੍ਹਾਂ ਤੇ ਪੂਰਨ ਯਕੀਨ ਕਰਨਾ ਵਕਤ ਦੇ ਵਕਤ ਨਾਲ ਉਹ ਵੀ ਧੋਖਾ ਦੇ ਜਾਂਦੇ ਸਦੀਆਂ ਪਹਿਲਾਂ ਬਗਦਾਦ ਦੀ ਧਰਤੀ ਤੇ ਇੱਕ ਬੜੀ ਹੈਰਾਨੀਜਨਕ ਘਟਨਾ ਵਾਪਰੀ ਸੀ ਕੈਦ ਖਾਨੇ ਦੇ ਵਿੱਚ ਇੱਕ ਸੂਫੀ ਫਕੀਰ ਏ ਤੇ ਉਸਦਾ ਨਾਮ ਸੀ ਮਨਸੂਰ ਤੇ ਉਸਦੀ ਜ਼ਬਾਨ ਵਿੱਚੋਂ ਇੱਕੋ ਆਵਾਜ਼ ਨਿਕਲੀ ਸੀ ਅਮਲ ਹੱਕ ਤੇ ਕੈਦੀਆਂ ਵਿੱਚ ਬੈਠੇ ਉਹਨੇ ਇੱਕ ਗੱਲ ਕਹਿ ਦਿੱਤੀ ਕਹਿਣ ਲੱਗਾ ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਸਭ ਨੂੰ ਰਿਹਾ ਕਰ ਸਕਣਾ ਵਾ ਤੇ ਵਿੱਚੋਂ ਕਿਸੇ ਕੈਦੀ ਨੇ ਠੱਠਾ ਕਰਕੇ ਕਿਹਾ ਸੀ ਤੇਰੇ ਤਾਂ ਆਪਣੇ ਹੈ ਹੱਥ ਪੈਰ ਸੰਗਲਾਂ ਨਾਲ ਲੁੜੇ ਨੇ ਸਾਨੂੰ ਰਿਹਾ ਕਰਨ ਦੀ ਬਜਾਏ ਤੂੰ ਆਪ ਕਿਉਂ ਨੀ ਰਿਹਾ ਹੋ ਜਾਂਦਾ ਤੇ ਮਨਸੂਰ ਨੇ ਕੇਵਲ ਕਹਿੰਦੇ ਨੇ ਤਾਲਿਆਂ ਨੂੰ ਨੇਤਰ ਭਰ ਕੇ ਤੱਕਿਆ ਤੇ ਸਾਰੇ ਤਾਲੇ ਜਿਹੜੇ ਸਨ ਉਹ ਅਚਨਚਿਤ ਟੁੱਟ ਗਏ ਜਦੋਂ ਸਾਥੀਆਂ ਨੇ ਕਿਹਾ ਤੂੰ ਰਿਹਾ ਨੀ ਹੋਣਾ ਕਹਿਣ ਲੱਗਾ ਮੈਂ ਆਪਣੇ ਮਾਲਕ ਦੀ ਕੈਦ ਵਿੱਚ ਹਾਂ ਮੇਰੀ ਕੈਦ ਵਿੱਚ ਇੱਕ ਰਾਜ ਏ ਤੇ ਯਾਦ ਰੱਖਣਾ ਜਿੱਦਣ ਮੈਂ ਖਤਮ ਹੋਣਾ ਉਦਣ ਦੁਨੀਆਂ ਵਿੱਚ ਇਹ ਰਾਜ ਪ੍ਰਗਟ ਹੋਣਾ ਖੈਰ ਮਨਸੂਰ ਨੂੰ ਬਗਦਾਦ ਦੇ ਅੰਦਰ ਜਦੋਂ ਸੰਸਾਰ ਕੀਤਾ ਗਿਆ ਲੋਕਾਂ ਨੇ ਪੱਥਰ ਮਾਰੇ ਨੇ ਤੇ ਇਹਨਾਂ ਵਿੱਚ ਇਹਦਾ ਇੱਕ ਬੜਾ ਪਰਮ ਮਿੱਤਰ ਸੀ ਜਿਹੜਾ ਮਨਸੂਰ ਦੇ ਅੰਦਰ ਦੀ ਅਵਸਥਾ ਨੂੰ ਜਾਣਦਾ ਉਹ ਕਹਿੰਦਾ ਸੀ ਅਨਹਲ ਹੱਕ ਇਹਦਾ ਮਤਲਬ ਮੈਂ ਖੁਦਾ ਵਾਂ ਉਹ ਪਹੁੰਚ ਚੁੱਕਾ ਸੀ ਉਹਦਾ ਇੱਕ ਮਿੱਤਰ ਏ ਛਿਬਲੀ ਉਹਦੇ ਅੰਦਰ ਨੂੰ ਜਾਣਦਾ ਕਿ ਮਨਸੂਰ ਬੜਾ ਪਹੁੰਚਿਆ ਹੋਇਆ ਫਕੀਰ ਏ ਤੇ ਜਦੋਂ ਬਾਦਸ਼ਾਹ ਨੇ ਕਿਹਾ ਵੀ ਮਨਸੂਰ ਦੇ ਉੱਪਰ ਪੱਥਰਾਂ ਦਾ ਵਾਰ ਕਰੋ ਪੱਥਰਾਂ ਨਾਲ ਇਹਨੂੰ ਖਤਮ ਕਰ ਦਿਓ ਮਾਰ ਮਾਰ ਕੇ ਸਾਰਿਆਂ ਨੇ ਪੱਥਰ ਮਾਰੇ ਤੇ ਜਿਹੜਾ ਇਹਦਾ ਪਰਮ ਮਿੱਤਰ ਸੀ ਨਾ ਉਹ ਵੀ ਇਹਦੇ ਸਾਹਮਣੇ ਆਇਆ ਇਹਨੇ ਪੱਥਰ ਤਾਂ ਨਹੀਂ ਮਾਰਿਆ ਪਰ ਯਾਦ ਰੱਖਣਾ ਆਪਣੀ ਜੇਬ ਵਿੱਚੋਂ ਇਹਨੇ ਗੁਲਾਬ ਦਾ ਫੁੱਲ ਕੱਢਿਆ ਤੇ ਮਨਸੂਰ ਦੇ ਚਿਹਰੇ ਤੇ ਜਦੋਂ ਫੁੱਲ ਮਾਰਿਆ ਤੇ ਪੱਥਰ ਪੈਂਦਿਆਂ ਮਨਸੂਰ ਹੱਸਦਾ ਸੀ ਤੇ ਜਦੋਂ ਫੁੱਲ ਇਹਦੇ ਚਿਹਰੇ ਤੇ ਵੱਜਾ ਤੇ ਇਹਦੀਆਂ ਬਾਹਾਂ ਨਿਕਲ ਗਈਆਂ ਇਹਦੀਆਂ ਆਹਾਂ ਨਿਕਲ ਗਈਆਂ ਇਹਦੀ ਚੀਕ ਨਿਕਲੀ ਤੇ ਪੁੱਛਣ ਵਾਲੇ ਨੇ ਪੁੱਛ ਲਿਆ ਸੀ ਮਨਸੂਰ ਇੰਨੇ ਪੱਥਰ ਵੱਜੇ ਤੇ ਤੇਰੇ ਅੰਦਰੋਂ ਸੀ ਨਹੀਂ ਤੂੰ ਰੋਇਆ ਨਹੀਂ ਤੂੰ ਖਿੜ ਖੜਾ ਕੇ ਹੱਸਦਾ ਰਿਹਾ ਪਰ ਇੱਕ ਫੁੱਲ ਤੇਰੇ ਚਿਹਰੇ ਤੇ ਵੱਜਿਆ ਤੇ ਇੱਕੋ ਦਮ ਤੇਰੀਆਂ ਅੰਦਰ ਤੋਂ ਹੁੱਕਾਂ ਨਿਕਲ ਗਈਆਂ ਇਹਦਾ ਕਾਰਨ ਕੀ ਮਨਸੂਰ ਨੇ ਇੱਕ ਗੱਲ ਕਹੀ ਸੀ ਕਹਿੰਦਾ ਮੈਂ ਖੁਦਾ ਦੀ ਇਬਾਦਤ ਤਾਂ ਬੜੀ ਕੀਤੀ ਪਰ ਅੱਜ ਮੈਨੂੰ ਇੱਕ ਹੋਰ ਤਜਰਬਾ ਹੋਇਆ ਕਿ ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ ਜਿਸ ਨੂੰ ਮੈਂ ਆਪਣਾ ਮਿੱਤਰ ਸਮਝਣਾ ਵਾ ਜਿਹੜਾ ਮੇਰੇ ਅੰਦਰ ਦੇ ਭੇਦ ਦਾ ਜਾਣੂ ਏ ਉਹਨੇ ਵੀ ਫੁੱਲ ਮੈਨੂੰ ਮਾਰ ਦਿੱਤਾ ਹੈ ਨਾ ਗੱਲ ਪੱਥਰ ਦੀ ਨਹੀਂ ਇਹਦਾ ਮਤਲਬ ਮਾਰਨ ਵਾਲਿਆਂ ਦੀ ਕਤਾਰ ਵਿੱਚ ਤਾਂ ਉਹ ਵੀ ਸ਼ਾਮਿਲ ਹੋ ਗਿਆ ਜਿਹੜਾ ਮੇਰੇ ਅੰਦਰ ਦੇ ਭੇਦ ਨੂੰ ਸਮਝਦਾ ਇਸ ਕਰਕੇ ਮੇਰਾ ਅੰਦਰ ਰੋਕ ਕੇ ਕਹਿੰਦਾ ਦੁਨੀਆਂ ਦੇ ਲੋਕੋ ਇਸ ਸੰਸਾਰ ਵਿੱਚ ਕੋਈ ਕਿਸੇ ਦਾ ਨਹੀਂ ਪੱਥਰ ਮਾਰ ਦਿੱਤਾ ਫੁੱਲ ਮਾਰ ਦਿੱਤਾ ਗੱਲ ਤਾਂ ਇੱਕੋ ਹੀ ਹੋਈ ਨਾ ਪਰ ਯਾਦ ਰੱਖਣਾ ਗੁਰੂ ਤੇਗ ਬਹਾਦਰ ਜੀ ਇਸ ਗੱਲ ਨੂੰ ਪੱਕਿਆਂ ਪੈ ਕਰਾਉਂਦੇ ਨੇ ਕਹਿੰਦੇ ਨੇ ਪਿਆਰਿਆ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚੌਂ ਦਿਸਕੇ ਰਹਿ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਮੇਰਾ ਤੇ ਕਹਿੰਦੇ ਇੱਥੋਂ ਤੱਕ ਘਰ ਕੀ ਨਾਰ ਬਹੁਤ ਹਿੱਤ ਜਾਤੋ ਜਿਸ ਘਰ ਵਾਲੀ ਨਾਲ ਅੱਕ ਦਾ ਨੇਵੇਂ ਸਦਾ ਰਹਿਤ ਸੰਗ ਲਾਗੀ ਤੇ ਇੱਥੇ ਕੇਵਲ ਇਸਤਰੀ ਲਈ ਨਹੀਂ ਇਹ ਉਪਦੇਸ਼ ਮਰਦ ਲਈ ਵੀ ਢੁਕਦਾ ਪਿਆ ਸਾਹਿਬ ਕਹਿੰਦੇ ਨੇ ਭਾਵੇਂ ਇਸਤਰੀ ਤੇ ਮਰਦ ਇੱਕ ਦੂਜੇ ਦੇ ਜੀਵਨ ਸਾਥੀ ਤੇ ਜੀਵਨ ਸਾਥਣ ਨੇ ਪਰ ਯਾਦ ਰੱਖਣਾ ਜਦੋਂ ਅੰਤਲਾ ਸਮਾਂ ਆਵੇ ਮਰਦ ਕਦੀ ਇਸਤਰੀ ਨਾਲ ਨਹੀਂ ਜਾਂਦਾ ਤੇ ਇਸਤਰੀ ਕਦੀ ਮਰਦ ਨਾਲ ਨਹੀਂ ਗਈ ਸਾਹਿਬ ਕਹਿੰਦੇ ਨੇ ਪਿਆਰਿਆ ਕਿ ਘਰ ਕੀ ਨਾਰ ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ ਜਦ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਦੁੱਖ ਮੈਂ ਸੰਗ ਨਾ ਕੋਏ ਪ੍ਰੇਤ ਪ੍ਰੇਤ ਕਰ ਭਾਗੀ ਤੇ ਗੁਰੂ ਤੇਗ ਬਹਾਦਰ ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ ਤੇ ਹਜ਼ੂਰ ਕਹਿਣ ਲੱਗੇ ਪਿਆਰੇ ਇਹ ਵਿਦ ਕੋ ਵਿਵਹਾਰ ਬਣਿਓ ਹੈ ਜਾਂ ਸੋ ਨਿਉ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਸਾਹਮਣਾ ਆਇਓ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ
ਹੋਏ। ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮ ਨਾ ਆਇਓ। ਗੁਰੂ ਤੇਗ ਬਹਾਦਰ ਜੀ ਨੇ ਇਸੇ ਪ੍ਰਥਾਏ ਚੌਥਾ ਪ੍ਰਮਾਣ ਦਿੱਤਾ ਤੇ ਗੁਰੂ ਗ੍ਰੰਥ ਸਾਹਿਬ ਦਾ ਰਾਗ ਤਿਲੰਗ ਮੈਂ ਅਰਜ਼ ਕੀਤੀ, ਚਾਰ ਪ੍ਰਮਾਣ ਇਸੇ ਸ਼ਲੋਕ ਨਾਲ ਢੁਕਦੇ ਨੇ। ਪਹਿਲਾਂ ਅਰਜ਼ ਕੀਤੀ ਸੀ ਮਨ ਰੇ ਕਾਂ ਭਇਓਤੈ ਬੌਰਾ, ਦੂਸਰੀ ਅਰਜ਼ ਕੀਤੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਤੀਸਰਾ ਸਾਹਿਬ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਹੀ, ਤੇ ਚੌਥਾ ਬਚਨ ਮੇਰੇ ਗੁਰੂ ਤੇਗ ਬਹਾਦਰ ਕਰਦੇ ਨੇ ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਤੀ ਸੰਗ ਨਾ ਹੋਇਆ। ਕਹਿਣ ਲੱਗੇ ਪਿਆਰੇ ਇਹਦੇ ਵਿੱਚੋਂ ਕੋਈ ਤੇਰੇ ਨਾਲ ਨੀ ਲਿਭਣਾ, ਤੇਰਾ ਤਾਂ ਤਨ ਵੀ ਆਪਣੇ ਨਾਲ ਨੀ ਤੁਰਨਾ, ਤੇ ਤੂੰ ਕਿਸ ਮਾਣ ਤੇ ਬੈਠਾ ਪਿਆ ਕਿ ਸਾਰਾ ਸੰਸਾਰ ਮੇਰਾ। ਸਤਿਗੁਰੂ ਕਹਿੰਦੇ ਨੇ ਇਸ ਦੁਨੀਆਂ ਵਿੱਚ ਸੁੱਖ ਦੇ ਮਿੱਤਰ ਬੜੇ ਨੇ, ਪਰ ਦੁੱਖ ਦਾ ਮਿੱਤਰ ਕੋਈ ਵਿਰਲਾ ਵਿਰਲਾ ਹੁੰਦਾ ਜੀ, ਤੇ ਜਿਹੜਾ ਦੁੱਖ ਦਾ ਮਿੱਤਰ ਬਣ ਜਾਏ ਨਾ ਉਹਦੇ ਤੇ ਯਕੀਨ ਨੀ ਕਰਨਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮਿੱਤਰ ਬਣਾਉਣਾ ਕੋਈ ਮਾੜੀ ਗੱਲ ਨਹੀਂ, ਮਿੱਤਰ ਬਣਾ, ਮਿੱਤਰ ਬੜਾ ਪਿਆਰਾ ਸ਼ਬਦ ਹੈ। ਤੇ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਨੂੰ ਬੜੀ ਬੜੀ ਸੰਬੋਧਨ ਕੀਤਾ, ਜਿਵੇਂ ਸੁਣ ਯਾਰ ਹਮਾਰੇ ਸੱਜਣ, ਜਾਂ ਸਾਹਿਬ ਕਹਿੰਦੇ ਆ ਬਾਣੀ ਵਿੱਚ ਪੜ੍ਹਦੇ ਆ ਜਗ ਸਭਾਇਆ ਜਿਨ ਨਾਨਕ ਵਿਰਲੇ ਕਈ। ਬਾਬਾ ਫਰੀਦ ਸਾਹਿਬ ਤਾਂ ਹੋਕਾ ਦੇਖ ਕੇ ਕਹਿੰਦੇ ਫਰੀਦਾ ਗੱਲੀ ਸੋ ਸੱਜਣ ਵੀ, ਅਨੇਕਾਂ ਮਿੱਤਰ ਮਿਲਦੇ ਨੇ ਸੁੱਖ ਦੇ ਸਾਥੀ, ਪਰ ਕੋਈ ਇਹੋ ਜਿਹਾ ਮਿੱਤਰ ਹੈ, ਇੱਕ ਢੁੰਡੇਦੀ ਨਾਲ ਹਾਂ, ਕੋਈ ਇਹੋ ਜਿਹਾ ਮਿੱਤਰ ਮਿਲ ਜਾਏ ਜਿਹੜਾ ਇੱਕ ਗੱਲ ਕਹਿ ਕੇ ਸੱਜਣਾ ਜਿੱਥੇ ਤੂੰ ਤੁਰੇਗਾ ਮੈਂ ਤੇਰੇ ਨਾਲ ਜਾਵਾਂਗਾ, ਕੋਈ ਇਹੋ ਜਿਹਾ ਮਿੱਤਰ ਹੈ? ਪਰ ਹਾਂ ਗੁਰੂ ਗ੍ਰੰਥ ਸਾਹਿਬ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਕਿਸੇ ਗੁਰਮੁਖ ਨਾਲ ਮਿੱਤਰਤਾ ਪਾ, ਅੰਦਰੋਂ ਹੋਵੇ ਜੁੜਿਆ, ਅੰਦਰੋਂ ਹੋਵੇ ਗੁਰੂ ਦੀ ਕਿਰਪਾ ਨਾਲ ਨਿਵਾਜਿਆ, ਤੇ ਯਾਦ ਰੱਖੀ ਉਹ ਸਾਥੀ ਸੁੱਖ ਦਾ ਨਹੀਂ ਦੁੱਖ ਵਿੱਚ ਵੀ ਕਦੀ ਤੇਰੀ ਬਾਂਹ ਨਹੀਂ ਛੱਡੇਗਾ। ਦੁਨੀਆਂ ਦੇ ਮਿੱਤਰ ਤਾਂ ਕੱਚੇ ਨੇ, ਪਰ ਇੱਕ ਸੱਜਣ ਸੰਤ ਗੁਰੂ ਐਸਾ ਹੀ ਜਿਹੜਾ ਪਿਆਰਿਆ ਸਾਰੀ ਦੁਨੀਆਂ ਸਾਥ ਕਰ ਜਾਏ, ਪਰ ਗੁਰੂ ਕਦੀ ਸਿੱਖ ਦੀ ਬਾਂਹ ਛੱਡਦਾ ਨਹੀਂ। ਹਜ਼ੂਰ ਜੇ ਕਹਿ ਰਹੇ ਨੇ ਨਾ ਗੱਲੀ ਸੋ ਸੱਜਣ ਵੀ, ਇੱਕ ਢੁੰਡੇਦੀ ਨਾਲ ਹਾਂ, ਪਹਿਲੀ ਗੱਲ ਭਾਵੇਂ ਦੁਨਿਆਵੀ ਤੌਰ ਤੇ ਵੀ ਨਾ ਜਦੋਂ ਕਿਸੇ ਨਾਲ ਮਿੱਤਰਤਾ ਪਾਈਏ, ਜਿਹੜਾ ਆਪਣੇ ਮਿੱਤਰ ਤੋਂ ਆਪਣੇ ਅੰਦਰ ਨੂੰ ਲੁਕਾ ਕੇ ਰੱਖਦਾ, ਕਪਟ ਕਰਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦਾ ਤਨ ਇਸ ਤਰ੍ਹਾਂ ਸੜ ਜਾਏ ਅੱਗ ਦੇ ਉੱਤੇ ਜਿਵੇਂ ਮਜੀਦ ਦਾ ਰੰਗ ਸੜ ਜਾਂਦਾ। ਕਹਿੰਦੇ ਨੇ ਮਿੱਤਰ ਕਹਿ ਕੇ ਕਪਟ ਕਿਉਂ, ਅੰਦਰ ਦੀ ਸਾਂਝ ਪਾ ਕੇ ਅੰਦਰ ਲੁਕਾਣਾ ਕਿਉਂ, ਕਿਸੇ ਤੇ ਯਕੀਨ ਕਰਕੇ ਆਪਣਾ ਬਣਾ ਕੇ ਉਹਨੂੰ ਦਗਾ ਕਿਉਂ ਦੇਣਾ? ਤੇ ਯਾਦ ਰੱਖ ਜੇ ਤੂੰ ਕਿਸੇ ਨੂੰ ਮਿੱਤਰ ਬਣਾ ਕੇ ਕਪਟ ਪਿਆ ਕਰਨਾ, ਤੇ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਫਰੀਦਾ ਜੇ ਮੈਂ ਹੁੰਦਾ ਵਾਰਿਆ, ਵਾਰਿਆ ਦਰਸੇ ਮੈਂ ਆਪਣੇ ਆਪ ਨੂੰ ਲੁਕਾਂਦਾ, ਮਿੱਤਾਂ ਆਏੜਿਆਂ ਦਰਸੇ ਉਹ ਮੇਰੇ ਮਿੱਤਰ, ਜਦੋਂ ਤੂੰ ਮੇਰੇ ਘਰ ਆਵੇਂ ਤੇ ਮੈਂ ਆਪਣੇ ਅੰਦਰ ਨੂੰ ਲੁਕਾ ਲਵਾਂ, ਕਪਟ ਕਰਾਂ ਤੇਰੇ ਨਾਲ, ਖੇੜਾ ਜਲੇ ਮਜੀਦ ਜਿਉ, ਖੇੜਾ ਦਰਸੇ ਸਰੀਰ, ਮੇਰਾ ਤਨ ਜਿਉਂਦੇ ਜੀ ਅੱਗ ਵਿੱਚ ਸੜ ਕੇ ਇਸ ਤਰ੍ਹਾਂ ਪਲੂਸ ਜਾਏ, ਸਵਾਹ ਹੋ ਜਾਏ, ਉੱਪਰ ਅੰਗਾਰਾ ਜਿਵੇਂ ਮਜੀਦ ਸੜ ਜਾਂਦਾ ਹੈ, ਮੇਰਾ ਤਨ ਸੜ ਜਾਏ ਗੁਰੂ ਮਿੱਤਰ, ਜੇ ਮੈਂ ਤੇਰੇ ਤੋਂ ਕੁਝ ਲੁਕਾ ਕੇ ਰੱਖਾਂ ਤਾਂ, ਜੇ ਸੱਜਣ ਮਿੱਤਰ ਮੈਂ ਤੇਰੇ ਤੋਂ ਕੁਝ ਲੁਕਾਵਾਂ, ਇਹਦਾ ਮਤਲਬ ਕੋਈ ਮਿੱਤਰ ਚਾਹੀਦਾ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਲੱਭ ਖਾਂ ਕੋਈ ਇਹੋ ਜਿਹਾ ਸੰਗੀ ਹੈ ਜਿਹੜਾ ਦੁੱਖ ਵਿੱਚ ਵੀ ਕਹਿ ਮੈਂ ਤੇਰਾ ਵਾਂ। ਤੇ ਅੱਗੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਉੱਤਰ ਮਿਲਿਆ, ਹਾਂ ਨਾਨਕ ਕੱਚੜਿਆਂ ਸਿਉਂ ਤੋੜ, ਧੂੜ ਸੱਜਣ ਸੰਤ ਪੱਕਿਆਂ, ਕੋਈ ਲੱਭ ਲੈ ਜਿਹੜਾ ਵਾਕੀ ਪੱਕਾ ਹੋਵੇ, ਉਹ ਇਹ ਜੀਵੰਦੇ ਵਿਛੜੇ ਕੱਚੇ ਲੋਕ ਤਾਂ ਦੁੱਖ ਵਿੱਚ ਛੱਡ ਜਾਣਗੇ, ਉਹ ਮੋਇਆ ਨਾ ਜਾਈ ਛੋੜ, ਪਰ ਗੁਰਮੁਖ ਪਿਆਰੇ ਨਾਲ ਸਾਂਝ ਪੈ ਗਈ, ਉਹ ਮਰਨ ਤੋਂ ਬਾਅਦ ਵੀ ਕਦੀ ਨਹੀਂ ਉਛੜਦਾ। ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚ ਇਹ ਇਸ ਸ਼ਲੋਕ ਦੀ ਵਿਆਖਿਆ ਮਿਲਦੀ ਹੈ। ਬੜੀ ਅਜੀਬ ਘਟਨਾ ਹੈ, ਬਾਬਾ ਜੀ ਕਹੂਟੇ ਤਹਿਸੀਲ ਵਿੱਚ ਗਏ ਨੇ, ਤੇ ਉਹਨਾਂ ਦਾ ਕੰਮ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਿਰਪਾ ਨਾਲ ਸ਼ਬਦ ਉਹ ਧਾਰਨਾ ਵਿੱਚ ਪੜ੍ਹਦੇ ਸਨ, ਸੰਗਤ ਇਕੱਠੀ ਹੋਣੀ ਤੇ ਉਹਨਾਂ ਨੇ ਅੰਮ੍ਰਿਤ ਸੰਚਾਰ ਕਰਨਾ, ਤੇ ਕਹੂਟੇ ਦੇ ਨੇੜੇ ਇੱਕ ਪਿੰਡ ਸੀ, ਬਾਬਾ ਅਤਰ ਸਿੰਘ ਹੋਰਾਂ ਨੇ ਉਦਣ ਅੰਮ੍ਰਿਤ ਸੰਚਾਰ ਕਰਨਾ, ਤੇ ਜਦੋਂ ਦੀਵਾਨ ਲਾਇਆ ਨਾ ਤੇ ਇਸੇ ਪਿੰਡ ਦੇ ਵਿੱਚ ਇੱਕ ਸੁਨਿਆਰਿਆਂ ਦਾ ਘਰ ਸੀ, ਤੇ ਉਹਨਾਂ ਦਾ ਦਮਾਦ ਉਹਨਾਂ ਦਾ ਜਵਾਈ ਜਿਹੜਾ ਉਹਨਾਂ ਦੇ ਘਰ ਆਇਆ, ਜਦੋਂ ਉਹਦੇ ਕੰਨਾਂ ਵਿੱਚ ਆਵਾਜ਼ ਪਈ ਨਾ ਉੱਚੀ ਉੱਚੀ ਇਹਨਾਂ ਦੇ ਬਾਬਾ ਜੀ ਦੇ ਕੀਰਤਨ ਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕੀਰਤਨ ਦੀ, ਤੇ ਉਹ ਖਿੱਚਿਆ ਹੋਇਆ ਸੰਗਤ ਵੀ ਚਲਾ ਗਿਆ, ਤੇ ਬਾਬਾ ਜੀ ਨੇ ਕੀਰਤਨ ਕੀਤਾ ਤੇ ਸੰਗਤ ਖੜੀ ਹੋ ਗਈ ਅੰਮ੍ਰਿਤ ਸੰਚਾਰ ਵਾਸਤੇ, ਸੰਗਤ ਬਹੁਤ ਤਿਆਰ ਹੋਈ ਤੇ ਉੱਥੇ ਕਕਾਰ ਸੁੜ ਗਏ।
ਤੇ ਬਾਬਾ ਜੀ ਦੇ ਨਾਲ ਇੱਕ ਬੇਗਮ ਸਿੰਘ ਰਹਿੰਦਾ ਸੀ, ਉਹਦੇ ਲੋਹਾ ਹਮੇਸ਼ਾ ਨਾਲ ਰੱਖਣਾ, ਜਿੱਥੇ ਦੇਖਣਾ ਵੀ ਕਕਾਰ ਸੁੜ ਗਏ ਨੇ ਉੱਥੇ ਸਾਰੀ ਰਾਤ ਜਾਗ ਜਾਗ ਕੇ ਉਹਨੇ ਕੁੱਟ ਕੁੱਟ ਕੇ ਲੋਹਾ ਕਿਰਪਾਨਾ ਤਿਆਰ ਕਰ ਦੇਣੀ। ਇੰਨਾ ਉਹ ਕਿਰਪਾ ਵਾਲਾ ਸਿੰਘ ਸੀ। ਉਸ ਬੰਦੇ ਨੇ ਕੀਰਤਨ ਸੁਣਿਆ, ਸੁਨਾਰੇ ਦਾ ਨਾਮ ਸੀ ਭਾਈ ਸੀਤਲ ਦਾਸ। ਕਿੰਨੇ ਉਹਨੇ ਸੁਣਿਆ ਕੀਰਤਨ ਤੇ ਮਨ ਵਿੱਚ ਇੱਕ ਚਾਅ ਪੈਦਾ ਹੋਇਆ, ਮਨਾ ਦੇਖ ਇਹ ਜਿਹੜਾ ਮਹਾਂਪੁਰਸ਼ ਗੁਰੂ ਦੀਆਂ ਗੱਲਾਂ ਕਰਦਾ, ਇਹਦੇ ਚਿਹਰੇ ਤੇ ਨੂਰ ਦੀ ਝੜੀ ਲੱਗੀ ਏ। ਉਹ ਵਾਕਈ ਕਮਾਈ ਵਾਲੇ ਮਹਾਂਪੁਰਸ਼ ਹਨ ਜਿਨ੍ਹਾਂ ਨੇ ਜੀਵਨ ਕਮਾਇਆ। ਜੇ ਪੈਰ ਤੇ ਕਿਤੇ ਸੱਪ ਨੇ ਡੰਗ ਮਾਰ ਦਿੱਤਾ ਨਾ ਤੇ ਪੁੱਛ ਲਿਆ ਸੀ ਕਿਸੇ ਨੇ, ਮਹਾਂਪੁਰਸ਼ੋ ਇਹ ਪੈਰ ਤੇ ਡੰਗ ਕਿਉਂ ਵੱਜਾ ਹੈ? ਤੇ ਅੱਗੋਂ ਹੱਸ ਕੇ ਕਹਿੰਦੇ ਸਨ, ਗੁਰੂ ਕੀ ਹਜ਼ੂਰੀ ਵਿੱਚ ਵੀ ਪੈਰਾਂ ਨੂੰ ਹੱਥ ਲਾਉਣ ਤੋਂ ਗੁਰੇਜ਼ ਨਹੀਂ ਕਰਦੇ, ਸਜ਼ਾ ਮਿਲਣੀ ਚਾਹੀਦੀ। ਤੁਸੀਂ ਰੋਜ਼ ਪੜ੍ਹਦੇ ਨੀ, ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਕਹਿੰਦੇ ਨੇ ਬਾਬਾ ਜੀ ਨੇ ਕੀਰਤਨ ਕੀਤਾ, ਮਨ ਉਹਦਾ ਬਣ ਗਿਆ, ਕਹਿਣ ਲੱਗਾ ਮਹਾਂਪੁਰਸ਼ੋ ਮੈਂ ਅੰਮ੍ਰਿਤ ਛਕ ਸਕਣਾ? ਉਹਨਾਂ ਨੇ ਇੱਕ ਗੱਲ ਕਹੀ, ਸੱਜਣਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਮ੍ਰਿਤ ਦੀ ਕੋਈ ਵਿਤਕਰਾ ਨਹੀਂ, ਭਾਵਾਂ ਕਿ ਕਈ ਧਰਮ ਐਸੇ ਨੇ ਜਿੱਥੇ ਵਿਤਕਰਾ ਹੈ, ਇੱਥੋਂ ਤੱਕ ਕਿ ਹਿੰਦੂਇਜ਼ਮ ਵਿੱਚ ਵੀ ਮਿਲਦਾ। ਜਿਹੜਾ ਬ੍ਰਾਹਮਣ ਹੈ ਉਹਦਾ ਧਾਗਾ ਜਿਹੜਾ ਜਨੇਊ ਉਹ ਤੇਰਾ ਧਾਗਾ ਹੈ, ਜਿਹੜਾ ਖੱਤਰੀ ਹੈ ਉਹਦਾ ਦੋਹਰਾ ਧਾਗਾ ਹੈ, ਵੈਸ਼ ਦਾ ਜਿਹੜਾ ਉਹ ਅਕਹਿਰਾ ਧਾਗਾ ਹੈ। ਬ੍ਰਾਹਮਣ ਦੇ ਜਨੇਊ ਪਾਉਣ ਦੀ ਰੁੱਤ ਬਸੰਤ ਦੀ ਏ, ਖੱਤਰੀ ਦੇ ਜਨੇਊ ਪਾਉਣ ਦੀ ਰੁੱਤ ਗ੍ਰੀਖ ਮੇ, ਤੇ ਵੈਸ਼ ਦੀ ਜਨੇਊ ਪਾਉਣ ਦੀ ਰੁੱਤ ਪੱਤ ਝੜਦੀ ਏ। ਪਰ ਬਾਬਾ ਨਾਨਕ ਜੀ ਦੇ ਘਰ ਇਹ ਮਰਿਆਦਾ ਨਹੀਂ। ਆਮ ਤੌਰ ਤੇ ਅਸੀਂ ਪੜ੍ਹਦੇ ਹਾਂ ਕਈ ਵਾਰੀ ਸੱਜਣ ਬੀਬੀਆਂ ਨੂੰ ਜੀ ਕਿਰਪਾਨ ਦਾ ਅੰਮ੍ਰਿਤ ਛਕਾਣਾ, ਮਰਦਾਂ ਨੂੰ ਖੰਡੇ ਮਾਟੇ ਖੰਡੇ ਦਾ ਅੰਮ੍ਰਿਤ ਛਕਾਣਾ। ਗੁਰਮਤ ਦੀ ਮਰਿਆਦਾ ਨਹੀਂ, ਸਾਹਿਬ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦਿੱਤੀ। ਖੈਰ ਉਹਨੇ ਅਰਜ਼ ਕੀਤੀ, ਮਹਾਂਪੁਰਸ਼ੋ ਮੈਂ ਅੰਮ੍ਰਿਤ ਪਾਨ ਕਰ ਸਕਣਾ? ਕਹਿਣ ਲੱਗੇ ਕਿਉਂ ਨਹੀਂ। ਬੜੀ ਖੁਸ਼ੀ ਨਾਲ ਘਰ ਗਿਆ, ਸਹੁਰੇ ਪਰਿਵਾਰ ਵਿੱਚ ਆਇਆ ਸੀ, ਰਾਤ ਪ੍ਰਸ਼ਾਦਾ ਛਕ ਕੇ ਕਹਿੰਦਾ ਹੈ ਕਿ ਸਵੇਰੇ ਮੈਂ ਨਾ ਗੁਰੂ ਕਲਗੀ ਵਾਲੇ ਦੇ ਅੰਮ੍ਰਿਤ ਦੀ ਦਾਤ ਲੈਣੀ ਹੈ, ਸਵੇਰੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਬਣ ਜਾਣਾ ਹੈ। ਕਹਿੰਦੇ ਨੇ ਸੱਸ ਨੂੰ ਇੰਨਾ ਗੁੱਸਾ ਚੜਿਆ, ਰਾਤ ਨੂੰ ਜਿਸ ਕਮਰੇ ਵਿੱਚ ਸੁੱਤਾ ਸੀ ਬਾਹਰੋਂ ਕੁੰਡਾ ਮਾਰ ਦਿੱਤਾ, ਨਾ ਇਹ ਸਵੇਰੇ ਨਿਕਲੇ ਨਾ ਅੰਮ੍ਰਿਤ ਦੀ ਦਾਤ ਲਏ। ਪਤਾ ਨੀ ਉਹਨੂੰ ਝਿੜਕਿਆ ਵੀ, ਉਹਦੇ ਅੰਦਰ ਨੂੰ ਇਹੋ ਜਿਹਾ ਹੋਕਾ ਲੱਗਾ, ਰਾਤ ਉਹ ਸੁੱਤਾ ਹੈ ਤੇ ਸੁੱਤੀ ਰਾਤ ਉਹਦੀ ਮੌਤ ਹੋ ਗਈ, ਸੁੱਤਿਆਂ ਚਲਾਣਾ ਕਰ ਗਿਆ। ਮਨ ਦੀ ਇੱਕ ਭਾਵਨਾ ਸੀ, ਸਤਿਗੁਰੂ ਤੇਰੇ ਅੰਮ੍ਰਿਤ ਦੀ ਦਾਤ ਲੈ ਕੇ ਮੈਂ ਤੇਰਾ ਬੰਨਾ। ਤੇ ਬਾਬਾ ਜੀ ਦੀ ਜੀਵਨੀ ਵਿੱਚ ਬਾਬਾ ਤੇਜਾ ਸਿੰਘ ਲਿਖਦੇ ਨੇ, ਜਦੋਂ ਦਿਨ ਚੜਿਆ ਕੁੰਡਾ ਖੋਲਿਆ ਤੇ ਕੀ ਤੱਕਦੇ ਨੇ, ਮੁਰਦਾ ਸਰੀਰ ਪਿਆ, ਮਨੁੱਖ ਦੇ ਅੰਦਰ ਸਵਾਸ ਨਹੀਂ, ਸ਼ੀਤਲ ਦਾਸ ਦੁਨੀਆਂ ਤੋਂ ਪਿਆਨਾ ਕਰ ਚੁੱਕਿਆ। ਰੋਂਦਿਆਂ ਧੋਂਦਿਆਂ ਨੇ ਇਸ਼ਨਾਨ ਕਰਾਇਆ, ਉਧਰ ਦੁਪਹਿਰੇ ਕੀਰਤਨ ਦੀ ਸਮਾਪਤੀ ਹੋਈ ਤੇ ਅੰਮ੍ਰਿਤ ਸੰਚਾਰ ਹੋ ਗਿਆ। ਤੇ ਮਹਾਂਪੁਰਸ਼ਾਂ ਨੇ ਕਿਹਾ ਕੁਝ ਅੰਮ੍ਰਿਤ ਬਾਟੇ ਵਿੱਚ ਰਹਿਣ ਦਿਓ। ਤੇ ਪੁੱਛਿਆ ਬਾਬਾ ਜੀ ਕਿਉਂ? ਮੈਂ ਅਰਜ਼ ਕਰ ਰਿਹਾ ਕਿ ਢੂੰਡ ਸੱਜਣ ਸੰਤ ਪੱਕਿਆਂ, ਕੋਈ ਇਹੋ ਜਿਹਾ ਮਿੱਤਰ ਬਣਾ ਜਿਹੜੇ ਤੇਰੇ ਅੰਦਰ ਦਾ ਮਹਿਰਮ ਹੋਵੇ, ਤੇਰੇ ਅੰਦਰ ਦਾ ਭੇਦੀ ਹੋਵੇ। ਕਹਿੰਦੇ ਨੇ ਅੰਮ੍ਰਿਤ ਵੇਲੇ ਤੋਂ ਬਾਅਦ ਜਦੋਂ ਅੰਮ੍ਰਿਤ ਸੰਚਾਰ ਦੁਪਹਿਰੇ ਹੋਇਆ ਤੇ ਉਧਰ ਇਹਦੀ ਲਾਸ਼ ਲੈ ਕੇ ਫੱਟੇ ਤੇ ਪਾ ਕੇ ਸ਼ਮਸ਼ਾਨ ਘਾਟ ਨੂੰ ਜਾਂਦੇ ਨੇ। ਤੇ ਜਦੋਂ ਗੁਰੂ ਘਰ ਦੇ ਕੋਲੋਂ ਨਿਕਲੇ ਨਾ ਤੇ ਬਾਬਾ ਅਤਰ ਸਿੰਘ ਜੀ ਗੁਰਦੁਆਰਿਓ ਬਾਹਰ ਆ ਗਏ, ਕਹਿਣ ਲੱਗੇ ਇਹਦੀ ਲਾਸ਼ ਨੂੰ ਇੱਥੇ ਰੱਖ ਦਿਓ। ਕਹਿਣ ਲੱਗੇ ਮਹਾਂਪੁਰਸ਼ੋ ਇਹ ਚਲਾਣਾ ਕਰ ਚੁੱਕਾ ਹੈ। ਕਹਿਣ ਲੱਗੇ ਨਹੀਂ, ਅਜੇ ਇਹਦੇ ਸਵਾਸ ਦਸਮ ਦੁਆਰ ਵਿੱਚ ਰੁਕੇ ਹੋਏ ਨੇ, ਅਜੇ ਇਹਨੇ ਚਲਾਣਾ ਨਹੀਂ ਕੀਤਾ, ਇਹਨੂੰ ਇਸ ਤਰ੍ਹਾਂ ਸੀ ਜਾਨ ਨਹੀਂ ਦੇਣਾ, ਕਿਉਂਕਿ ਇੱਕ ਪਰਨ ਕਰਕੇ ਗਿਆ ਸੀ ਗੁਰੂ ਕੀ ਸੰਗਤ ਅੰਦਰ ਕਿ ਮੈਂ ਅੰਮ੍ਰਿਤ ਦੀ ਦਾਤ ਲੈਣੀ ਏ। ਅਸੀਂ ਬਚਨ ਕੀਤਾ ਸੀ ਸਵਜਣਾ ਸਵੇਰੇ ਤੂੰ ਤਿਆਰ ਹੋ ਕੇ ਅਵੀਂ ਤੈਨੂੰ ਦਾਤ ਦਿਆਂਗੇ, ਪਰ ਗੁਰੂ ਗੋਬਿੰਦ ਸਿੰਘ ਦੇ ਘਰ ਵਿੱਚ ਇਹਦੀ ਹਾਜ਼ਰੀ ਰਾਤ ਤੋਂ ਲੱਗਣ ਲੱਗੀ ਏ ਤੇ ਉਨੀ ਦੇਰ ਤੱਕ ਕਲਗੀ ਵਾਲੇ ਦੀ ਗੋਦ ਵਿੱਚ ਇਹਨੇ ਨਹੀਂ ਜਾਣਾ ਜਿੰਨੀ ਦੇਰ ਤੱਕ ਇਹਦੇ ਕੇਸਾਂ ਵਿੱਚ ਮੈਂ ਅੰਮ੍ਰਿਤ ਦੇ ਛੱਟੇ ਨਾ ਮਾਰ ਦਿੱਤੇ। ਕਹਿੰਦੇ ਨੇ ਲਾਸ਼ ਰੱਖੀ ਤੇ ਜਦੋਂ ਉਹਦੇ ਕੇਸਾਂ ਦੇ ਵਿੱਚ ਅੰਮ੍ਰਿਤ ਦਾ ਛੱਟਾ ਮਾਰਿਆ ਤੇ ਇਸ ਤਰ੍ਹਾਂ ਖੋਪੜੀ ਫਟੀ ਜਿਵੇਂ ਮਾਨੋ ਕੇ ਬੰਬ ਚੱਲਦਾ ਹੋਵੇ, ਤੇ ਉਸੇ ਵਕਤ ਅਰਦਾਸ ਕਰਕੇ ਕਿਹਾ ਸਤਿਗੁਰੂ ਤੇਰੇ ਸਿੱਖ ਦੀ ਸੇਵਾ ਕੀਤੀ ਹੋਈ ਪ੍ਰਵਾਨ ਕਰ ਲਵ। ਮੇਰੇ ਹਜ਼ੂਰ ਕਹਿ ਰਹੇ ਨੇ ਪਿਆਰਿਆ, ਕੋਈ ਇਹੋ ਜਿਹਾ ਸਾਥੀ ਹੈ ਜਿਹੜਾ ਸੁੱਖ ਵਿੱਚ ਨਹੀਂ ਜਿਹੜਾ ਦੁੱਖ ਵਿੱਚ ਵੀ ਤੇਰੇ ਨਾਲ ਤੁਰੇ? ਪਰ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਦੁੱਖ ਵਿੱਚ ਕੋਈ ਨਾਲ ਨਹੀਂ ਨਿਭਦਾ। ਤੇ ਮੈਂ ਅਰਜ਼ ਕਰ ਰਿਹਾ ਤਾਂ ਸਾਹਿਬ ਕਹਿੰਦੇ ਨੇ, ਗੱਲੀ ਤੋਂ ਸੱਜਣ ਵੀ ਇੱਕ ਢੁੰਡੇਲੀ ਨਾ ਲਹਾਂ, ਧੁੱਖਾਂ ਜਿਉਂ ਮਾਲੀ ਹੀ ਤਾਰਨ ਤਿੰਨਾ ਮਾਤਰੀ,
ਬਾਬਾ ਫਰੀਦ ਸਾਹਿਬ ਜੀ ਬਚਨ ਪੈ ਕਰਦੇ ਸਨ, ਕਹਿੰਦੇ ਨੇ ਕੋਈ ਇਹੋ ਜਿਹਾ ਮਿੱਤਰ ਮਿਲ ਜਾਏ, ਤੇ ਗੁਰੂ ਸਾਹਿਬ ਕਹਿ ਰਹੇ ਸਨ ਉਹ ਮਿੱਤਰ ਕੋਈ ਪੱਕਾ ਲੱਭ ਲੈ ਕਿ ਜਿਹੜਾ ਤੇਰੇ ਨਾਲ ਤੇਰੇ ਅੰਦਰ ਨੂੰ ਟਿਕਾ ਦੇਵੇ। ਸਾਹਿਬ ਕਹਿ ਰਹੇ ਨਾਨਕ ਕੱਚੜਿਆਂ ਸੰਤੋੜ ਧੂੜ ਸੱਜਣ ਸੰਤ ਪੱਕਿਆਂ, ਓਏ ਜੀਵੰਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ, ਜਿਹੜੇ ਮਰਨ ਤੋਂ ਬਾਅਦ ਵੀ ਤੇਰੇ ਨਾਲ ਨਿਭਣ ਨੂੰ ਤਿਆਰ ਹੋਣ। ਸਾਹਿਬ ਕਹਿੰਦੇ ਨੇ ਦੁਨੀਆਂ ਦਾ ਕੋਈ ਬੰਦਾ ਤਾਂ ਨਾਲ ਨਿਭਦਾ ਨਹੀਂ, ਪਰ ਪਿਆਰਿਓ ਇੱਕ ਪਰਮੇਸ਼ਵਰ ਦਾ ਨਾਮ, ਇੱਕ ਸਤਿਗੁਰੂ ਦਾ ਸ਼ਬਦ ਐਸਾ ਹੈ ਜਿਹਨੇ ਨਾਲ ਨਿਭਣਾ। ਹੁਣ ਕਹਾਂਗੇ ਨਾਮ ਕਿਵੇਂ ਨਾਲ ਜਾਂਦਾ? ਸਾਡਾ ਸਰੀਰ ਅਸਥੂਲ ਹੈ, ਇਹਨੇ ਇੱਥੇ ਰਹਿ ਜਾਣਾ। ਇਸ ਅਸਥੂਲ ਸਰੀਰ ਵਿੱਚੋਂ ਜਿਹਨੂੰ ਸੂਖਸ਼ਮ ਵੀ ਕਹਿੰਦੇ ਆ, ਜਿਹਨੂੰ ਕਈ ਲੋਕ ਆਪਾਂ ਸ਼ਬਦ ਜੀਵ ਆਤਮਾ ਵੀ ਵਰਤਨੇ ਆ, ਜੇ ਇਸ ਸਰੀਰ ਨੇ ਨਾਲ ਨਹੀਂ ਜਾਣਾ ਤੇ ਜਦੋਂ ਸਰੀਰ ਵਿੱਚੋਂ ਜੀਵ ਆਤਮਾ ਨਿਕਲਣੀ ਹੈ ਨਾ, ਉਦੋਂ ਕੇਵਲ ਪਰਮੇਸ਼ਵਰ ਦਾ ਨਾਮ ਸੂਖਸ਼ਮ ਹੈ ਜਿਹੜਾ ਦੇਹ ਤੋਂ ਬਾਅਦ ਸਰੀਰ ਦੇ ਅੰਦਰ ਜੀਵ ਆਤਮਾ ਨਾਲ ਤੁਰਦਾ, ਨਹੀਂ ਤੇ ਨਾਮ ਤੋਂ ਬਿਨਾਂ ਤਾਂ ਅੰਦਰ ਕੋਈ ਤੁਰਦਾ ਹੀ ਨਹੀਂ। ਬਾਬਾ ਕਬੀਰ ਸਾਹਿਬ ਦਾ ਇੱਕ ਪਵਿੱਤਰ ਬਚਨ ਹੁੰਦਾ, ਉਹ ਕਹਿੰਦੇ ਨੇ ਪਿਆਰਿਆ ਦੀਵਾ ਬਲਦਾ ਹੈ ਨਾ ਤੇ ਦੀਵੇ ਦੇ ਚਾਨਣ ਵਿੱਚ ਤੁਰੇਗਾ ਤੇ ਚਾਨਣ ਵਿੱਚ ਸਾਰਾ ਘਰ ਆਪਣਾ ਦਿਸਦਾ, ਪਰ ਜਦੋਂ ਦੀਵਾ ਬੁੱਝ ਜਾਏ ਤੇ ਉਹੀ ਘਰ ਹਨੇਰਾ ਹੋ ਕੇ ਡਰਾਵਣਾ ਹੋ ਜਾਂਦਾ। ਦੇਖ ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦਾ ਪਿਆ, ਤੇਰਾ ਸਾਥੀ ਕੋਈ ਨਹੀਂ, ਤੇਰੇ ਅੰਦਰ ਜੀਵਨ ਦੀ ਜੋਤ ਬਲਦੀ ਏ, ਸਵਾਸਾਂ ਦਾ ਤੇਲ ਏ, ਉਸ ਜੋਤ ਦੇ ਚਾਨਣ ਵਿੱਚ ਸਾਰੇ ਤੇਰੇ ਨੇ, ਤੇ ਜਿੱਦਣ ਇਹ ਤੇਲ ਮੁੱਕ ਗਿਆ ਜੋਤ ਬੁੱਝ ਗਈ, ਜਿਹੜੇ ਤੈਨੂੰ ਆਪਣਾ ਕਹਿੰਦੇ ਪਏ ਨੇ ਇਹਨਾਂ ਨੇ ਹਨੇਰਾ, ਜਿਵੇਂ ਹਨੇਰੇ ਘਰ ਤੋਂ ਲੋਕ ਡਰਦੇ ਨੇ, ਤੇ ਉਸੇ ਤਨ ਤੋਂ ਤੇਰੇ ਆਪਣਿਆਂ ਨੇ ਡਰ ਕੇ ਦੂਰ ਚਲੇ ਜਾਂਦੇ। ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦਾ ਉਹਨਾਂ ਨੇ ਇੱਕ ਇੱਕ ਦੀ ਗੱਲ ਕੀਤੀ। ਜਿਸ ਮਾਤਾ ਨੇ ਜਨਮ ਦਿੱਤਾ ਹੀ ਪਿਆਰਿਆ, ਇਸ ਮਾਂ ਨੇ ਕੇਵਲ ਘਰ ਦੀ ਡਿਊੜੀ ਤੱਕ ਤੁਰਨਾ ਹੀ, ਜਿਨ੍ਹਾਂ ਭਰਾਵਾਂ ਤੇ ਤੂੰ ਮਾਣ ਕਰਨਾ ਇਹਨਾਂ ਨੇ ਤੁਰਨਾ ਜ਼ਰੂਰ ਏ, ਪਰ ਤੈਨੂੰ ਬਚਾਉਣ ਲਈ ਨਹੀਂ, ਚਾਰਾਂ ਨੇ ਚੁੱਕ ਕੇ ਤੈਨੂੰ ਘਰੋਂ ਕੱਢਣ ਜਾਣੇ। ਤੇ ਜਿਹਨੂੰ ਤੂੰ ਆਪਣੇ ਜੀਵਨ ਸਾਧਨ ਕਹਿੰਦਾ, ਇਹਨੇ ਵਿਚਾਰੀ ਨੇ ਕੇਵਲ ਕੇਸ ਖਿਲਾਰ ਕੇ ਰੋਣਾ। ਕਹਿੰਦੇ ਨੇ ਮਾਂ ਭਰਾ ਇਸਤਰੀ ਇਹ ਤਾਂ ਦੂਰ ਦੀ ਗੱਲ ਏ, ਜਿਸ ਸਰੀਰ ਨੂੰ ਸਾਰੀ ਜ਼ਿੰਦਗੀ ਤੂੰ ਪਾਲਦਾ ਰਿਹਾ, ਸ਼ਮਸ਼ਾਨ ਘਾਟ ਵੀ ਤਾਂ ਪਿਆ ਰਿਹਾ, ਇਹਨੇ ਵੀ ਸਾਥ ਛੱਡ ਜਾਣਾ। ਵੈਸੇ ਤਾਂ ਇਹ ਪਹਿਲਾਂ ਹੀ ਸਾਥ ਛੱਡ ਜਾਂਦੀ ਏ ਜਦੋਂ ਜੀਵ ਆਤਮਾ ਵਿੱਚੋਂ ਨਿਕਲ ਜਾਂਦਾ। ਹਜ਼ੂਰ ਨੇ ਬਚਨ ਕੀਤਾ, ਜਬ ਲਗ ਤੇਲ ਦੀਵਾ ਮੁੱਖ ਬਾਤੀ, ਜਿੰਨੀ ਦੇਰ ਤੱਕ ਦੀਵਾ ਦੀਵੇ ਵਿੱਚ ਤੇਲ ਬਲਦਾ, ਮੁੱਖ ਤੇ ਬੱਤੀ ਜਲਦੀ ਪਈ ਏ, ਜਬ ਲਗ ਤੇਲ ਦੀਵਾ ਮੁੱਖ ਬਾਤੀ ਤਬ ਸੂਝੈ ਸਭ ਕੋਈ, ਉਨੀ ਦੇਰ ਤੱਕ ਸਾਰੇ ਆਪਣੇ ਨੇ ਸੁੱਖ ਮੈਂ ਬਹੁ ਸੰਗੀ ਭਏ, ਤਬ ਸੂਝੈ ਸਭ ਕੋਈ, ਤੇਲ ਜਲਾ ਬਾਤੀ ਠਹਿਰਾਨੀ ਸੋਨਾ ਮੰਦਰ ਹੋਈ, ਦੁੱਖ ਮੈਂ ਸੰਗ ਨਾ ਪੋਏ ਸੋਨਾ ਮੰਦਰ ਹੋਈ। ਕਹਿਣ ਲੱਗੇ ਰੇ ਬੋਰੇ ਤੂੰ ਗੜੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦਿਓੜੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ, ਘਰ ਦੀ ਡਿਊੜੀ ਵਿੱਚ ਬੈਠੀ ਮਾਰ ਹੁੰਦੀ ਏ, ਮੰਜੀ ਭਰਾ ਚੁੱਕ ਕੇ ਲੈ ਗਏ, ਲੱਤ ਛਟਕਾਏ ਤਰਿਆ ਰੋਵੈ, ਹੰਸ ਅਕੇਲਾ ਜਾਈ, ਪਰ ਅੰਦਰ ਵਾਲਾ ਜੀਵ ਆਤਮਾ ਇਕੱਲਾ ਪੈ ਜਾਂਦਾ, ਦੁੱਖ ਵਿੱਚ ਸੱਜਣਾ ਕੋਈ ਕਿਸੇ ਦੇ ਨਾਲ ਨਿਭਿਆ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਇੱਕ ਗੱਲ ਤੂੰ ਅੱਜ ਹੀ ਮੰਨ ਲੈ ਮਨਾ, ਕਿ ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸਾਹਿਬ ਕਹਿਣ ਲੱਗੇ ਫਿਰ ਕੌਣ ਨਿਭਦਾ, ਕੌਣ ਨਾਨਕ ਹਰ ਭਜ ਮਨਾ, ਮੇਰੇ ਮਨਾ ਤੂੰ ਗੁਰੂ ਗੁਰੂ ਜਪ ਅੰਤ ਸਹਾਈ ਹੋਏ, ਕੇਵਲ ਇੱਕ ਨਾਮ ਐਸਾ ਹੈ ਜਿਹੜਾ ਅੰਤਲੇ ਸਮੇਂ ਤੇਰੇ ਨਾਲ ਤੁਰਦਾ, ਤੇ ਕਿੱਥੋਂ ਤੱਕ ਜਾਂਦਾ ਹੈ ਨਾਮ? ਸਾਹਿਬ ਕਹਿੰਦੇ ਜਿੱਥੇ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ, ਕਿੱਥੋਂ ਤੱਕ ਨਾਮ ਜਾਂਦਾ ਹੈ? ਸਾਹਿਬ ਕਹਿੰਦੇ ਨੇ ਜੈ ਮਹਾ ਭਿਆਨ ਦੂਤ ਜਮ ਤਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਉੱਥੇ ਤੇਰੇ ਨਾਲ ਨਾਮ ਜਾਂਦਾ ਜਿੱਥੇ ਤੇਰੀ ਕੋਈ ਵੀ ਦੁਨੀਆਂ ਵਿੱਚੋਂ ਮਦਦਗਾਰ ਕਰਨ ਵਾਲਾ ਹੈ। ਇਸੇ ਕਰਕੇ ਬਾਬਾ ਨਾਨਕ ਜੀ ਜਦੋਂ ਨਾਮ ਦੀ ਗੱਲ ਕਰਦੇ ਨੇ, ਕਹਿੰਦੇ ਨੇ ਮਾਂ ਦਾ ਨਾਮ ਵੀ ਮਿੱਠਾ, ਬਾਪੂ ਵੀ ਮਿੱਠਾ, ਦੁਨੀਆਂ ਦੇ ਪਦਾਰਥ ਵੀ ਮਿੱਠੇ ਨੇ, ਪਰ ਕਹਿੰਦੇ ਨੇ ਦਾਤਿਆ ਜਦੋਂ ਮੈਂ ਸਵਾਰਥ ਤੱਕਣਾ ਵਾ ਕੋਈ ਕਿਸੇ ਦਾ ਨਹੀਂ, ਉਦਨ ਮੇਰਾ ਮਨ ਕਹਿੰਦਾ ਗੁਸਾਈ ਮਹਿੰਦਾ ਇੱਛੜਾ। ਇੱਛੜਾ ਦਾ ਅਰਥ ਹੁੰਦਾ ਬੜਾ ਪਿਆਰਾ, ਇੱਛ ਦਾ ਅਰਥ ਪਿਆਰਾ ਹੁੰਦਾ, ਕਿ ਮੇਰੇ ਸਤਿਗੁਰੂ ਤੇਰਾ ਨਾਮ ਸਭ ਤੋਂ ਪਿਆਰਾ। ਤੇ ਪੁੱਛਿਆ ਮਾਂ ਬਾਪ ਤੋਂ ਵੀ ਵੱਧ ਨਜ਼ਦੀਕ ਏ? ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਗੁਸਾਈ ਮਹਿੰਦਾ ਇੱਛੜਾ, ਅੰਮ ਅੱਬੇ ਥਾਵੋਂ ਮਿੱਠੜਾ, ਅੰਮਾ ਤੇ ਅੱਬਾ ਨਾਲੋਂ ਵੀ ਮਿੱਠਾ, ਕਿਉਂਕਿ ਜਿਸ ਥਾਂ ਤੇ ਮਾਤ ਪਿਤਾ ਨੇ ਨੀ ਜਾਣਾ ਉਸ ਥਾਂ ਤੇ ਬਖਸ਼ੇ ਹੋਏ ਪਰਮੇਸ਼ਵਰ ਦੇ ਨਾਮ ਨੀ ਜਾਣਾ। ਸਤਿਗੁਰੂ ਕਹਿ ਰਹੇ ਨੇ ਕਿ ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ।
ਪਿਆਰੇ ਇਸ ਕਰਕੇ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਮੇਰੇ ਮਨਾ ਤੂੰ ਉਸ ਨੂੰ ਜਪ ਜਿਨੇ ਅੰਤਲੇ ਸਮੇਂ ਤੇਰੇ ਨਾਲ ਤੁਰਨੇ ਸੁੱਖ ਵਿਚ ਤਾਂ ਬਹੁਤ ਤੁਰਦੇ ਪਏ ਨੇ ਦੁੱਖ ਵਿਚ ਕੋਈ ਵਿਰਲਾ ਵਿਰਲਾ ਤੁਰਦੇ ਹੀ ਸਾਧ ਸੰਗਤ ਇਹ ਕਾਰਨ ਭਗਤ ਕਬੀਰ ਸਾਹਿਬ ਨੇ ਆਪਣੀ ਬਾਣੀ ਵਿਚ ਪਾਵਨ ਪਵਿੱਤਰ ਬਚਨ ਕੀਤਾ ਕਹਿੰਦੇ ਨੇ ਮੈਂ ਤਾਂ ਦੁਨੀਆਂ ਨੂੰ ਨੇੜੇ ਹੋ ਕੇ ਟੱਕਿਆ ਸਾਹਿਬ ਕਹਿੰਦੇ ਨੇ ਆਪਣੇ ਮੋਢੇ ਤੇ ਮੈਂ ਢੋਲ ਰੱਖਿਆ ਕਿਹੜੀ ਥਾਂ ਜਿੱਥੇ ਮੈਂ ਵਜਾ ਕੇ ਦੇਖਿਆ ਨਹੀਂ ਕਹਿੰਦੇ ਨੇ ਗਲੀ ਮਹੱਲੇ ਵਿਚ ਵਜਾਇਆ ਹੈ ਕੁਚੇ ਬਾਜ਼ਾਰ ਵਿਚ ਵਜਾਇਆ ਹੈ ਚੌਂਕ ਵਿਚ ਖਲੋ ਕੇ ਡਗੇ ਮਾਰੇ ਨੇ ਕਿ ਇਸ ਦੁਨੀਆਂ ਵਿਚ ਕੋਈ ਕਿਸੇ ਦਾ ਹੈ ਤੇ ਅੱਗੋ ਉੱਤਰ ਮਿਲਿਆ ਸੀ ਕੋਈ ਕਿਸੇ ਦਾ ਨਹੀਂ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਭ ਜਗ ਹੋਂ ਫਿਰਿਓ ਮੰਦਲ ਕੰਧ ਚੜਾਏ ਕੋਈ ਕਾਉਂ ਕੋ ਨਹੀਂ ਸਭ ਦੇਖੀ ਠੋਕ ਵਜਾਏ ਗੁਰੂ ਤੇਗ ਬਹਾਦਰ ਕਹਿ ਰਹੇ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਉਂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ ਕੇਵਲ ਇੱਕ ਭਗਤੀ ਇੱਕ ਨਾਮ ਐਸਾ ਜਿਹੜਾ ਪਿਆਰਿਓ ਇਸ ਜੀਵ ਆਤਮਾ ਦੇ ਨਾਲ ਤੁਰਦਾ ਜਿਹੜਾ ਸਾਡੇ ਅੰਤਲਾ ਸਾਥੀ ਬਣਦਾ ਜਿਹੜਾ ਹਰ ਥਾਂ ਤੇ ਸਾਡੀ ਬਾਂਹ ਫੜਦਾ ਤੇ ਉਹ ਨਾਮ ਲੋਕ ਪਰਲੋਕ ਦਾ ਸਹਾਇਕ ਹੈ ਤੇ ਜਦੋਂ ਉਸ ਨਾਮ ਨਾਲ ਆਪਾਂ ਜੁੜਾਂਗੇ ਉਸ ਮਾਲਕ ਨੂੰ ਹਿਰਦੇ ਵਿਚ ਧਾਰਨ ਕਰਾਂਗੇ ਪਹਿਲਾਂ ਤਾਂ ਜਿੰਦੇ ਦੀ ਇੰਨੀ ਕੁ ਸਮਝ ਪੈ ਜਾਏ ਕਿ ਮੇਰਾ ਵਾਹਿਗੁਰੂ ਮੇਰੇ ਨਾਲ ਹੈ ਜਿਸ ਬੰਦੇ ਨੂੰ ਜਿੰਦੇ ਨੂੰ ਇਹ ਯਕੀਨ ਨਹੀਂ ਕਿ ਵਾਹਿਗੁਰੂ ਮੇਰੇ ਨਾਲ ਹੈ ਤੇ ਮਰਨ ਤੋਂ ਬਾਅਦ ਕੀ ਉਹਦਾ ਅੰਦਰ ਮੰਨ ਲੈਗਾ ਕਿ ਵਾਹਿਗੁਰੂ ਨੇ ਮੇਰੇ ਨਾਲ ਤੁਰਨਾ ਪਹਿਲੀ ਗੱਲ ਜਿੰਦੇ ਦੀ ਯਕੀਨ ਕਰ ਭਰੋਸਾ ਕਰ ਕਿ ਉਹ ਨਿਰੰਕਾਰ ਉਹ ਕਰਤਾ ਪੁਰਖ ਉਹ ਪਰਮੇਸ਼ਵਰ ਮੇਰੇ ਅੰਗ ਸੰਗ ਹੈ ਤੇ ਮਰਨ ਤੋਂ ਬਾਅਦ ਵੀ ਯਕੀਨ ਕਰੀ ਉਹ ਕਦੀ ਡੁੱਬਣ ਨਹੀਂ ਦੇਗਾ ਪਰ ਤੈਨੂੰ ਉਸ ਵਾਹਿਗੁਰੂ ਦੇ ਨਾਮ ਨਾਲ ਜੇ ਜੁੜ ਜਾਏ ਤੇਰਾ ਲੋਕ ਪਰਲੋਕ ਸੁਹੇਲਾ ਹੋ ਜਾਏਗਾ ਆਓ ਜੇ ਆਪਾਂ ਵੀ ਮਿੱਤਰਤਾ ਪਾਣੀ ਹੈ ਨਾ ਫਿਰ ਸਵਾਰਥ ਨੂੰ ਸਾਹਮਣੇ ਰੱਖ ਕੇ ਨਹੀਂ ਮਨਮੁਖ ਨੂੰ ਸਾਹਮਣੇ ਰੱਖ ਕੇ ਨਹੀਂ ਸਾਹਿਬ ਕਹਿੰਦੇ ਜੇ ਮਿੱਤਰਤਾ ਪਾਣੀ ਆ ਨਾ ਫਿਰ ਗੁਰੂ ਨਾਲ ਮਿੱਤਰਤਾ ਪਾ ਤੇ ਇੱਕ ਗਾਇਦ ਗੱਲ ਕਹਿ ਦੇ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ ਜੇ ਮਿੱਤਰਤਾ ਪਾਣੀ ਹੈ ਤਾਂ ਕਹਿ ਮੇਰੇ ਮੀਤ ਗੁਰਦੇਵ ਹੇ ਮੇਰੇ ਮਿੱਤਰ ਤੂੰ ਸਤਿਗੁਰੂ ਤੂੰ ਹੀ ਮੇਰਾ ਪਰਮ ਮਿੱਤਰ ਹੈ ਜੇ ਸੱਜਣ ਬਣਾਉਣਾ ਚਾਹੁੰਦਾ ਤੇ ਸਾਹਿਬ ਕਹਿੰਦੇ ਨੇ ਇੱਕ ਗੱਲ ਕਹਿ ਦੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਕਹਿੰਦੇ ਨੇ ਇਹਨੂੰ ਸੱਜਣ ਕਿਉਂ ਨੀ ਬਣਾ ਲੈਂਦਾ ਤੇ ਇਹ ਸੱਜਣ ਇੱਕ ਗੱਲ ਕਹਿੰਦਾ ਹੈ ਕਿ ਜੇ ਤੂੰ ਗੁਰੂ ਨੂੰ ਨਾਮ ਨੂੰ ਪਰਮੇਸ਼ਵਰ ਨੂੰ ਮਿੱਤਰ ਬਣਾਉਣਾ ਤੇ ਪਿਆਰਿਆ ਜਿੱਥੇ ਤੇਰੇ ਤੋਂ ਕਿਸੇ ਨੇ ਲਿਖ ਕੇ ਪੁੱਛਣੇ ਨੇ ਨਾ ਤੇਰੇ ਤੋਂ ਪਹਿਲਾਂ ਮੈਂ ਖਲੋਵਾਂਗਾ ਤੈਨੂੰ ਕੋਈ ਨੀ ਪੁੱਛੇਗਾ ਮੈਂ ਤੇਰਾ ਜਵਾਬ ਦਿਆਂਗਾ ਕਿਉਂਕਿ ਤੂੰ ਮੇਰੇ ਆਪਣੇ ਅੰਦਰ ਦੀ ਸਾਂਝ ਮੇਰੇ ਨਾਲ ਪਾ ਚੁੱਕਾ ਇਹ ਸੱਜਣ ਕਿਹੋ ਜਿਹਾ ਹਜ਼ੂਰ ਬਾਬਾ ਨਾਨਕ ਜੀ ਤਾਂ ਹੀ ਤਾਂ ਬਚਨ ਕਰਦੇ ਨੇ ਕਿ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਨ ਉਹ ਸੱਜਣੇ ਪੂਰਾ ਪਰਮੇਸ਼ਵਰ ਦਾ ਨਾਮ ਤੇ ਜਿਹਦੇ ਪੱਲੇ ਪਰਮੇਸ਼ਵਰ ਤੇ ਸਤਿਗੁਰੂ ਕੀ ਬਾਣੀ ਹੈ ਫਿਰ ਉਹਨਾਂ ਨੂੰ ਤਾਂ ਸਾਹਿਬ ਕਹਿੰਦੇ ਨੇ ਉਹ ਕਦੀ ਹਾਰਦੇ ਨਹੀਂ ਤੇਰੇ ਨਾਏ ਰੱਤੇ ਸੇ ਜਿਣ ਗਏ ਉਹ ਜਿੱਤ ਕੇ ਜਾਂਦੇ ਨੇ ਤੇ ਹਾਰਦੇ ਕੌਣ ਨੇ ਸਾਹਿਬ ਕਹਿੰਦੇ ਨੇ ਹਾਰ ਗਏ ਸੇ ਠੱਗਣ ਵਾਲਿਆ ਕੇਵਲ ਉਹ ਹਾਰ ਗਏ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨਾਲ ਸਾਂਝ ਨਹੀਂ ਪਾਈ ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨ ਸਾਨੂੰ ਵੀ ਇੰਨੀ ਕੁ ਸਮਝ ਪੈ ਜਾਏ ਕਿ ਸੁੱਖ ਦੇ ਸਾਥੀ ਬੜੇ ਨੇ ਦੁੱਖ ਦਾ ਕੋਈ ਨਹੀਂ ਸਾਹਿਬ ਕਹਿੰਦੇ ਨੇ ਦੁੱਖ ਦਾ ਮਿੱਤਰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜਿਹੜਾ ਸਾਡੇ ਨਾਲ ਨਿਭਦਾ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨ ਸਾਨੂੰ ਵੀ ਅੰਦਰ ਦੀ ਸੂਝ ਬਖਸ਼ ਕੇ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਖਸ਼ ਦੇਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।